ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਿਧਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਤੁਹਾਡਾ ਸਭ ਦਾ ਪ੍ਰੋਗਰਾਮ ਜੀ ਆਇਆਂ ਨੂੰ। ਜੀ ਆਇਆਂ ਨੂੰ। ਸੋ ਤੁਹਾਨੂੰ ਸਭ ਨੂੰ ਪਤਾ ਇਸ ਪ੍ਰੋਗਰਾਮ 'ਚ ਜੀ ਆਇਆਂ ਨੂੰ ਕਿਹਨਾਂ ਦਾ ਕਰਦੇ ਹਾਂ, ਉਹਨਾਂ ਖਾਸ ਸ਼ਖਸੀਅਤਾਂ ਦਾ, ਅਦਾਕਾਰਾਂ ਦਾ, ਫਨਕਾਰਾਂ ਦਾ, ਹੈ ਨਾ, ਜਿਹੜੇ ਕਿ ਇੰਟਰਟੇਨਮੈਂਟ ਦਾ ਦੌਰ ਚੱਲਦਾ। ਵੈਸੇ ਹਰ ਪਾਸੇ ਇੰਟਰਟੇਨਮੈਂਟ ਦੀ ਗੱਲ ਹੁੰਦੀ ਹੈ, ਸੋਸ਼ਲ ਮੀਡੀਆ ਦੀ ਗੱਲ ਹੁੰਦੀ ਹੈ, ਹਰ ਕੋਈ ਬੰਦਾ ਆਰਟਿਸਟ ਬਣਨਾ ਚਾਹੁੰਦਾ ਹੈ। ਔਰ ਕੋਈ ਬੰਦਾ ਹੈ ਜਿਹੜਾ ਕਿਸੇ ਰੀਜ਼ਨ ਕਾਰਨ ਵਰਸ਼ ਕਰਕੇ ਫੀਲਡ 'ਚ ਨਹੀਂ ਵੀ ਆ ਪਾਉਂਦਾ, ਪਰ ਇਸ ਟਾਈਮ ਪਰ ਜਿੱਧਰ ਵੀ ਦੇਖੋ ਦੌਰ ਇੰਟਰਟੇਨਮੈਂਟ ਦਾ ਦੌਰ ਹੈ, ਮੂਵੀਜ਼ ਦਾ ਦੌਰ ਹੈ, ਹੈ ਨਾ। ਸੋ ਉਹਨਾਂ ਮੂਵੀਜ਼ ਦੇ ਵਿੱਚੋਂ ਹੀ ਕਲਾਕਾਰਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਔਰ ਜਿਹੜੇ ਕਿ ਬੈਕਐਂਡ 'ਤੇ ਕੰਮ ਕਰਦੇ ਨੇ, ਇੱਕ ਹੁੰਦੇ ਆ ਪਰਦੇ 'ਤੇ ਉੱਪਰ ਕੰਮ ਕਰਨ ਵਾਲੇ, ਇੱਕ ਹੁੰਦੇ ਆ ਪਰਦੇ 'ਤੇ ਪਿੱਛੇ ਕੰਮ ਕਰਨ ਵਾਲੇ, ਹੈ ਨਾ। ਕਿਉਂਕਿ ਕਦੀ ਵੀ ਕੋਈ ਵੀ ਚੀਜ਼ ਆ, ਕਾਫੀ ਚੀਜ਼ਾਂ ਮਿਲ ਕੇ ਇੱਕ ਸੰਪੂਰਨ ਚੀਜ਼ ਬਣਦੀ ਹੈ, ਰਾਈਟ। ਸੋ ਅੱਜ ਕਾਫੀ ਸਾਰੀਆਂ ਗੱਲਾਂ ਬਾਤਾਂ ਆਪਾਂ ਫਿਲਮੀ ਦੌਰ ਦੀਆਂ ਕਰਨ ਵਾਲੇ ਹਾਂ, ਕਲਾਕਾਰੀ ਦੀਆਂ ਕਰਨ ਵਾਲੇ ਹਾਂ, ਕੁਛ ਜਿਹੜੇ ਸਾਡਾ ਦੌਰ ਚੱਲ ਰਿਹਾ ਉਸ ਦੇ ਉੱਪਰ ਕਰਨ ਵਾਲੇ ਹਾਂ। ਅਤੇ ਆਓ ਫਿਰ ਕਰਦੇ ਹਾਂ ਗੱਲਬਾਤਾਂ ਸ਼ੁਰੂ। ਅਤੇ ਮੈਂ ਦੱਸਦਾ ਮੇਰੇ ਨਾਲ ਕੌਣ ਨੇ, ਹੌਸਲਾ ਰੱਖੋ। ਮੇਰੇ ਨਾਲ ਹੈਗੇ ਨੇ ਜੀ, ਪਹਿਲਾਂ ਤਾਂ ਮੈਂ ਦੱਸਦਾ ਕਿ ਤੁਸੀਂ ਇੱਕ ਚੀਜ਼ ਟ੍ਰੈਂਡਿੰਗ 'ਚ ਦੇਖੀ ਹੋਊਗੀ, ਬਾਈ ਦਲਜੀਤ ਦੋਸਾਂਝ, ਉਹ ਤਾਂ ਆਲਮੋਸਟ ਹੁਣ ਟ੍ਰੈਂਡ 'ਚ ਹੀ ਨੇ। ਅਤੇ ਉਹਨਾਂ ਦੀ ਫਿਲਮ ਜੱਟ ਐਂਡ ਜੂਲੀਅਟ 3 ਜਿਹੜੀ ਕਿ 28 ਜੂਨ ਨੂੰ ਰਿਲੀਜ਼ ਹੋਈ, ਔਰ ਤੁਸੀਂ ਦੇਖ ਵੀ ਆਏ ਹੋ, ਜਿਨ੍ਹਾਂ ਨੇ ਨਹੀਂ ਦੇਖੀ ਭਾਈ ਜਾਓ। ਅਤੇ ਉਸ ਫਿਲਮ ਦੇ ਵਿੱਚੋਂ ਜਿਹੜੇ ਰੀਅਲ ਲਾਈਫ ਜੱਟ ਐਂਡ ਜੂਲੀਅਟ ਨੇ, ਉਹ ਮੈਂ ਇੱਥੇ ਲਿਆਇਆ ਜੀ, ਪਰਦੇ ਵਾਲੇ ਨਹੀਂ, ਜਿਹੜੇ ਰੀਅਲ ਲਾਈਫ ਜੱਟ ਐਂਡ ਜੂਲੀਅਟ ਨੇ। ਮੈਂ ਜੱਟ ਅਤੇ ਜੂਲੀਅਟ ਜੀ, ਅਸੀਂ ਵੀ ਜੱਟ ਅਤੇ ਮੇਰੀ ਜੂਲੀਅਟ। ਅਤੇ ਦਲਜੀਤ ਦੋਸਾਂਝ ਜੀ ਨੇ ਵੀ ਖੁਦ ਇਹਨਾਂ ਦੇ ਇੰਟਰਵਿਊ ਕੀਤੀ ਹੈ, ਇਹਨਾਂ ਦੇ ਨਾਲ ਕੁਛ ਸਵਾਲ ਜਵਾਬ ਕੀਤੇ ਨੇ। ਆਓ ਆਪਾਂ ਵੀ ਫਿਰ ਉਹ ਕਰਦੇ ਹਾਂ। ਅਤੇ ਮੇਰੇ ਨਾਲ ਹੈਗੇ ਨੇ ਵਰਿੰਦਰ ਜੀ ਅਤੇ ਮੈਮ ਰਜਨੀ ਜੀ, ਅਤੇ ਮੂਵੀ ਦੇ ਵਿੱਚੋਂ ਅਸਿਸਟੈਂਟ ਡਾਇਰੈਕਟਰ ਗੁਰਦੀਪ ਜੀ। ਆਓ ਸਵਾਗਤ ਕਰਦੇ ਹਾਂ ਪ੍ਰੋਗਰਾਮ ਜੀ ਆਇਆਂ ਨੂੰ ਦੇ ਵਿੱਚ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਭਾਈ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਜੀ ਆਇਆਂ ਨੂੰ ਦੇ ਵਿੱਚ। ਧੰਨਵਾਦ ਮੈਮ। ਕਿਵੇਂ ਦਾ ਲੱਗ ਰਿਹਾ ਪਹਿਲਾਂ ਤੇ ਦੱਸੋ। ਬਹੁਤ ਵਧੀਆ ਲੱਗ ਰਿਹਾ ਜੀ। ਵਰਦੀ ਤੋਂ ਦੇਖ ਸਕਦੇ ਹੋ, ਜੇ ਮੈਂ ਕਿਹਾ ਹੈ ਨਾ ਕਿ ਰੀਅਲ ਲਾਈਫ ਜੱਟ ਐਂਡ ਜੂਲੀਅਟ, ਤਾਂ ਇੱਧਰ ਬੈਠੇ ਨੇ ਰੀਅਲ ਲਾਈਫ ਜੱਟ ਐਂਡ ਜੂਲੀਅਟ। ਤੇ ਭਾਜੀ ਰੀਅਲ ਲਾਈਫ ਐਕਸਪੀਰੀਅੰਸ ਕੀ ਹੈ ਪਹਿਲਾਂ ਤੇ ਇਹ ਦੱਸੋ, ਜੱਟ ਐਂਡ ਜੂਲੀਅਟ ਰੀਅਲ ਲਾਈਫ ਦੇ ਵਿੱਚ ਕਿਸ ਤਰ੍ਹਾਂ ਬਣੇ ਤੁਸੀਂ? ਐਕਚੁਅਲੀ ਅਸੀਂ ਮਿਲੇ ਸੀਗੇ ਜੀ, ਅਸੀਂ ਯੂਨੀਵਰਸਿਟੀ ਵਿੱਚ ਦੋਨੇ ਪੜ੍ਹਦੇ ਹੁੰਦੇ ਸੀ। ਅੱਛਾ ਜੀ। ਤਾਂ ਉੱਥੇ ਸਾਡੀ ਮੁਲਾਕਾਤ ਹੋਈ ਸੀ, ਤਾਂ ਮੁਲਾਕਾਤ ਦੇ ਦੌਰਾਨ ਅਸੀਂ ਮਤਲਬ ਇਕੱਠੇ ਸਟੱਡੀ ਕਰਦੇ ਰਹੇ, ਹੌਲੀ ਹੌਲੀ ਦੋਸਤੀ ਪਿਆਰ 'ਚ ਬਦਲ ਗਈ। ਤਾਂ ਫਿਰ ਸਾਡਾ 2020 ਦੇ ਵਿੱਚ ਵਿਆਹ ਹੋਇਆ, ਤਾਂ ਉਸ ਤੋਂ ਬਾਅਦ ਮੇਰੀ ਮਹਿਕਮੇ ਦੇ ਵਿੱਚ 2016 ਦੇ ਵਿੱਚ ਜੁਆਇਨਿੰਗ ਹੋ ਗਈ ਸੀ। ਤਾਂ ਰਜਨੀ ਜੀ ਮੇਰੇ ਨਾਲ ਹੀ, ਜਿੱਦਾਂ ਹੁਣ ਅਸੀਂ ਇਕੱਠੇ ਰਹਿੰਦੇ ਸੀਗੇ, ਤਾਂ ਪੁਲਿਸ ਨੂੰ ਦੇਖਦੇ ਦੇਖਦੇ ਮਤਲਬ ਇਹਨਾਂ ਦੇ ਵਿੱਚ ਵੀ ਆਇਆ ਕਿ ਮੈਨੂੰ ਵੀ ਮਹਿਕਮਾ ਜੁਆਇਨ ਕਰਨਾ ਚਾਹੀਦਾ। ਤਾਂ 2022 ਦੇ ਵਿੱਚ ਇਹਨਾਂ ਨੇ ਐਗਜ਼ਾਮ ਦਿੱਤਾ ਸਬ ਇੰਸਪੈਕਟਰ ਦਾ। ਤੇ ਭਾਜੀ ਬਾਕੀ ਰੀਜ਼ਨ ਇਹੀ ਸੀਗਾ ਪਿੱਛੇ ਕਿ ਤੁਹਾਡਾ ਰੋਬ ਜ਼ਿਆਦਾ ਸੀਗਾ, ਤਾਂ ਡਿਸੀਜ਼ਨ ਲਿਆ ਕਿ ਨਹੀਂ ਇਕੱਲਿਆਂ ਦਾ ਰੋਬ ਨਹੀਂ ਚੱਲਣਾ? ਨਹੀਂ, ਰੋਬ ਤਾਂ ਦੇਖੋ ਜੀ, ਆਪਾਂ ਜੇ ਕਹੀਏ ਮੈਡਮ ਦਾ ਹੀ ਜ਼ਿਆਦਾ ਰਿਹਾ, ਕਿਉਂਕਿ ਚਾਹੇ ਮੈਂ ਡਿਪਾਰਟਮੈਂਟ ਵਾਲੇ ਸਾਈਡ ਤੋਂ ਦੇਖ ਲਾ, ਚਾਹੇ ਮੈਂ ਘਰੇਲੂ, ਬਾਕੀ ਸਾਰੀ ਦੁਨੀਆਂ ਨੂੰ ਵੀ ਪਤਾ ਹੀ ਵੀ ਆਪਣਾ ਲੇਡੀਜ਼ ਦਾ ਰੋਬ ਜ਼ਿਆਦਾ ਹੀ ਰਹਿੰਦਾ ਹੈ, ਜ਼ਿਆਦਾ ਹੀ ਰਹਿੰਦਾ ਹੈ। ਔਰ ਇਹ ਚੀਜ਼ ਐਪਰੀਸ਼ੀਏਟ ਕਰਨ ਵਾਲੀ ਹੈ, ਔਰ ਬਿਲਕੁਲ ਕਿ ਇੱਕ ਘਰ ਦੇ ਵਿੱਚ ਹੈ ਨਾ, ਇੱਕ ਦੂਜੇ ਨੂੰ ਸਾਥ ਦੇਣਾ, ਇੱਕ ਦੂਜੇ ਦਾ ਸਾਥ ਦੇਣਾ, ਇੱਕ ਦੂਜੇ ਨੂੰ ਹੈ ਨਾ ਮੋਟੀਵੇਟ ਕਰਨਾ ਕਿ ਨਹੀਂ ਤੂੰ ਵੀ ਕਰ ਦੇ, ਤੇਰਾ ਵੀ ਇਹ ਹੈਗਾ ਮਨ ਦੇ ਵਿੱਚ ਇਸ ਚੀਜ਼ ਨੂੰ ਕਰਨ ਦੀ ਇੱਛਾ, ਤਾਂ ਜ਼ਰੂਰ ਕਰਨਾ ਚਾਹੀਦਾ। ਤੁਸੀਂ ਸਪੋਰਟ ਕੀਤਾ ਫਿਰ ਹੈ ਨਾ? ਹਾਂਜੀ ਹਾਂਜੀ ਹਾਂ। ਤੇ ਅੱਜ ਫਿਰ ਤੁਹਾਡੇ ਤੋਂ ਇੱਕ ਕਦਮ ਅੱਗੇ ਵੀ ਨੇ, ਕਾਫੀ ਕਦਮ ਅੱਗੇ ਨੇ ਜੀ, ਐਂਡ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ, ਮੇਰੀ ਫੈਮਿਲੀ ਲਈ, ਮੇਰੇ ਮੋਮ ਡੈਡ ਵਾਸਤੇ, ਐਂਡ ਜਿੰਨੇ ਵੀ ਸਾਡੇ ਰਿਲੇਟਿਵਸ ਨੇ, ਸੋਸਾਇਟੀ ਹੈ ਹਨਾ, ਉਹਨਾਂ ਲਈ ਕਾਫੀ ਪ੍ਰਾਊਡ ਵਾਲੀ ਹੈ, ਕਿਉਂਕਿ ਇਹਨਾਂ ਨੇ ਜੋ ਕਰਕੇ ਦਿਖਾਇਆ ਹੈ ਉਹ ਮਤਲਬ ਕਿ ਕਾਫੀ ਅਨਐਕਸਪੈਕਟਡ ਸੀਗਾ। ਇੱਕ ਜਦੋਂ ਨੰਬਰ ਆਇਆ ਸੀ ਸਾਨੂੰ ਨਹੀਂ ਸੀ ਪਤਾ, ਸਾਨੂੰ ਕਾਲ ਆਈ ਵੀ ਐਵੇਂ ਕਰਕੇ ਵੀ ਰਿਜ਼ਲਟ ਆ ਗਿਆ, ਐਂਡ ਅਸੀਂ ਇੰਨਾ ਜ਼ਿਆਦਾ ਸਰਪ੍ਰਾਈਜ਼ ਹੋਏ ਵੀ ਮੈਂ, ਮੇਰੀ ਅੱਖਾਂ 'ਚ ਖੁਸ਼ੀ ਦੇ ਹੰਝੂ ਸੀ ਉਸ ਦਿਨ ਵੀ ਇਹਨਾਂ ਦਾ ਨੰਬਰ ਆ ਗਿਆ, ਐਂਡ ਕਿਆ ਬਾਤ ਹੈ, ਮਿਹਨਤ ਬਹੁਤ ਕੀਤੀ ਹੈ।
ਚਲੋ ਮਿਹਨਤ ਨੂੰ ਜੇ ਫਲ ਮਿਲਦਾ ਤਾਂ ਖੁਸ਼ੀ ਤਾਂ ਹੁੰਦੀ ਹੋਈ ਹੈ। ਤੇ ਭਾਜੀ ਆਪਾਂ ਆਨੇ ਹੁਣ ਜੱਟ ਐਂਡ ਜੂਲੀਅਟ 3 ਵਾਲੇ ਪਾਸੇ, ਕਿਉਂ ਗੁਰਦੀਪ ਜੀ? ਜੀ, ਤੇ ਮੈਂ ਦੱਸਦਾ ਗੁਰਦੀਪ ਬਾਈ ਨਾਲ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ, ਤੇ ਇਹਨਾਂ ਵਾਲੇ ਪਾਸੇ ਮੈਂ ਥੋੜਾ ਖੁੱਲ ਕੇ ਆਊਂਗਾ। ਪਹਿਲਾਂ ਇੱਧਰ ਜਿਹੜੀਆਂ ਗੱਲਾਂ ਕਲੀਅਰ ਕਰਨ ਵਾਲੀਆਂ ਨੇ ਉਹ ਪਹਿਲਾਂ ਆਪਾਂ ਕਲੀਅਰ ਕਰ ਲਈਏ। ਜੱਟ ਐਂਡ ਜੂਲੀਅਟ 3 ਕਿਸ ਤਰੀਕੇ ਦਾ ਨਾਲ ਸਬੱਬ ਬਣਿਆ ਤੁਹਾਡਾ ਇੱਧਰ ਜੁੜਨ ਦਾ? ਐਕਚੁਲੀ ਸਰ ਮੇਰਾ ਕਾਫੀ ਟਾਈਮ ਤੋਂ ਐਕਟਿੰਗ ਦੇ ਵਿੱਚ ਰਿਹਾ ਹੈ ਸਫ਼ਰ। ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੈਂ ਥੀਏਟਰ ਵੀ ਕਰਦਾ ਰਿਹਾ, ਤਾਂ ਮੇਰਾ ਐਕਟਿੰਗ ਵਾਲੀ ਸਾਈਡ ਤੋਂ ਸੀਗਾ। ਤੇ ਦਲਜੀਤ ਭਾਜੀ ਦਾ ਜਿੱਦਾਂ ਸਾਰੀ ਦੁਨੀਆ ਫੈਨ ਹੈ, ਤਾਂ ਮੈਂ ਵੀ ਕਾਫੀ ਲੰਬੇ ਟਾਈਮ ਤੋਂ ਜਦੋਂ ਦੀ ਮੈਂ ਹੋਸ ਸੰਭਾਲੀ ਹੈ ਉਸ ਟਾਈਮ ਦਾ ਮੈਂ ਫੈਨ ਸੀਗਾ। ਤਾਂ ਮੇਰੀ ਇੱਕੋ ਹੀ ਖੁਆਇਸ਼ ਸੀਗੀ ਵੀ ਦਲਜੀਤ ਦੋਸਾਂਝ ਜੀ ਨਾਲ ਮੇਰੀ ਕਦੇ ਇੱਕ ਫੋਟੋ ਹੋ ਜੇ ਜਾਂ ਉਹਨਾਂ ਦਾ ਆਟੋਗ੍ਰਾਫ ਮਿਲ ਜੇ। ਤਾਂ ਉਸੇ ਆਸ ਦੇ ਵਿੱਚ ਮੈਂ ਕੋਸ਼ਿਸ਼ ਕਰਦਾ ਰਹਿੰਦਾ ਸੀ ਵੀ ਕਦੇ ਮੈਂ ਉਹਨਾਂ ਨੂੰ ਮਿਲਾਂ। ਤਾਂ ਸਬੱਬ ਦੇ ਨਾਲ ਗੁਰਦੀਪ ਭਾਜੀ ਨਾਲ ਮੇਰਾ ਮੇਲ ਹੋਇਆ, ਤਾਂ ਇਹਨਾਂ ਨਾਲ ਯਾਰੀ ਦੋਸਤੀ ਪਈ। ਤਾਂ ਬਾਅਦ ਵਿੱਚ ਪਤਾ ਲੱਗਿਆ ਵੀ ਇਹ ਫਿਲਮਾਂ ਵਗੈਰਾ ਡਾਇਰੈਕਟ ਕਰਦੇ ਨੇ, ਏਡੀ ਨੇ, ਹਨਾ, ਤਾਂ ਕਾਫੀ ਕੁਛ ਇਹਨਾਂ ਦੇ ਥਰੂ ਆਊਟ ਹੋ ਕੇ ਚੱਲਦਾ। ਤਾਂ ਮੈਂ ਇਹਨਾਂ ਨੂੰ ਦੱਸਿਆ ਵੀ ਵੀਰੇ ਮੇਰਾ ਜੇ ਕਦੇ ਮੌਕਾ ਲੱਗਿਆ ਮੇਰੀ ਇੱਕ ਫੋਟੋ ਜ਼ਰੂਰ ਕਰਵਾ ਦੀ। ਤਾਂ ਬਸ ਉਸੇ ਚੀਜ਼ ਨੂੰ ਲੈਂਦੇ ਲੈਂਦੇ ਇਹਨਾਂ ਨੇ ਦੱਸਿਆ ਕਿ ਜੱਟ ਐਂਡ ਜੂਲੀਅਟ ਮੂਵੀ ਬਣ ਰਹੀ ਹੈ, ਅਸੀਂ ਦਲਜੀਤ ਭਾਜੀ, ਹਨਾ, ਤਾਂ ਕਾਸਟਿੰਗ ਚੱਲ ਰਹੀ ਹੈ, ਜੇ ਤੁਸੀਂ ਚਾਹੋ ਤਾਂ ਆਪਣਾ ਆਡੀਸ਼ਨ ਭੇਜ ਸਕਦੇ ਹੋ। ਤਾਂ ਮੈਂ ਬੜੀ ਰੀਝ ਨਾਲ ਆਪਣਾ ਆਡੀਸ਼ਨ ਭੇਜਿਆ। ਭਾਜੀ ਦਾ ਫੋਨ ਆਇਆ ਕਿ ਤੁਹਾਡੀ ਸਿਲੈਕਸ਼ਨ ਹੋ ਗਈ ਤਾਂ ਤੁਸੀਂ ਸੈੱਟ ਤੇ ਆਓ ਉਸ ਦਿਨ। ਤੇ ਬਸ ਮੈਂ ਪਹਿਲੀ ਵਾਰੀ ਦਲਜੀਤ ਭਾਜੀ ਨੂੰ ਦੇਖਿਆ, ਮੈਂ ਮਤਲਬ ਉਹ ਮੈਂ ਪਹਿਲਾ ਲਫ਼ਜ਼ ਕੀ ਨਿਕਲਿਆ ਮਤਲਬ ਮੂੰਹ ਦੇ ਵਿੱਚੋਂ, ਪਹਿਲੀ ਚੀਜ਼ ਕੀ ਜਦੋਂ ਦਲਜੀਤ ਭਾਈ ਜਦੋਂ ਦਲਜੀਤ ਭਾਜੀ ਗੱਡੀ ਚ ਉਤਰੇ, ਮੈਂ ਪਤਾ ਨਹੀਂ ਮੇਰੇ ਆਪਣੇ ਆਪ ਹੀ ਹੱਥ ਆਏ ਇਹਨੂੰ, ਮੈਂ ਕਿਹਾ ਵਾਹਿਗੁਰੂ, ਮੈਂ ਸਾਹਮਣੇ ਰਹੇ, ਬਸ ਆਹੀ ਮੇਰੇ ਸ਼ਬਦ ਸੀਗੇ ਜੀ। ਤਾਂ ਮਤਲਬ ਮੈਂ ਉਹਨੂੰ ਬਿਆਨ ਨਹੀਂ ਕਰ ਸਕਦਾ ਉਸ, ਬਿਲਕੁਲ, ਕਿਉਂਕਿ ਦਲਜੀਤ ਦੋਸਾਂਝ, ਦਲਜੀਤ ਬਾਈ ਦੀ ਵੀ ਕਾਫੀ ਮਿਹਨਤ ਹੈ, ਉਹਨਾਂ ਦੀ ਜਿਹੜੀ ਲਾਈਫ ਦੀ ਜਰਨੀ ਹੈ ਉਹ ਬਹੁਤ ਲੰਬੀ ਹੈ, ਔਰ ਉਹਨਾਂ ਨੇ ਜਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਅੱਗੇ ਕਰ ਕਰਕੇ, ਹਨਾ, ਮਿਹਨਤ ਕਰ ਕਰਕੇ ਅੱਜ ਜਿਸ ਮੁਕਾਮ ਤੇ ਨੇ, ਬਹੁਤ ਟਾਈਮ ਲੱਗਦਾ ਉਸ ਚੀਜ਼ ਨੂੰ, ਔਰ ਬਹੁਤ ਟਾਈਮ ਉਹਨਾਂ ਨੇ ਉਸ ਚੀਜ਼ ਨੂੰ ਦਿੱਤਾ ਹੈ। ਤੇ ਜਦੋਂ ਫਿਰ ਮੈਮ ਤੁਸੀਂ ਵੀ ਮਿਲੇ, ਹਨਾ, ਜਦੋਂ ਇਕੱਠਿਆਂ ਨੂੰ ਕਾਲ ਆਈ ਤੇ ਦਲਜੀਤ ਦੋਸਾਂਝ ਤੇ ਨੀਰੂ ਬਾਜਵਾ ਜੀ ਨੇ ਜਦੋਂ ਤੁਹਾਡੇ ਨਾਲ, ਹਨਾ, ਇੰਟਰੈਕਟ ਕੀਤਾ, ਸਵਾਲ ਜਵਾਬ ਕੀਤੇ, ਉਸ ਟਾਈਮ ਕੀ ਫੀਲਿੰਗ ਸੀ ਕਿ ਅੱਜ ਉਸ ਬੰਦੇ ਦਾ ਬੁਲਾਉਣ ਲਈ ਕਾਲ ਆ ਰਿਹਾ ਕਿ ਅੱਜ ਤੁਹਾਡੇ ਨਾਲ ਇੰਟਰਵਿਊ ਕਰਦੇ ਆ? ਜਿਵੇਂ ਕਿ ਸਰ ਇਹਨਾਂ ਨੇ ਦੱਸਿਆ ਵਰਿੰਦਰ ਜੀ ਨੇ ਕਿ ਅਸੀਂ ਪ੍ਰੀਮੀਅਰ ਤੇ ਜਾਣਾ ਸੀ ਸਭ ਤੋਂ ਪਹਿਲਾਂ, ਤਾਂ ਅਸੀਂ ਉਹਦੇ ਲਈ ਰੈਡੀ ਹੋਏ ਸੀ ਕਿ ਇਹਨਾਂ ਨੇ ਮੂਵੀ ਦੇ ਵਿੱਚ ਫਸਟ ਉਹਨਾਂ ਦੀ ਇੱਕ ਮੂਵੀ ਰਿਲੀਜ਼ ਹੋ ਰਹੀ ਹੈ, ਤਾਂ ਅਸੀਂ ਉਹਦੇ ਲਈ ਤਿਆਰ ਹੋਏ ਕੈਜੂਅਲੀ ਜਿਵੇਂ ਵੇਅਰ ਕਰਕੇ ਜਾਂਦੇ ਹਾਂ। ਤਾਂ ਬਸ ਉਸ ਤੋਂ ਜਾਣ ਤੋਂ ਬਸ 5 ਮਿੰਟ ਪਹਿਲਾਂ ਹੀ ਸਾਨੂੰ ਕਾਲ ਆਈ ਕਿ ਐਵੇਂ ਕਰਕੇ ਕਿ ਇੰਟਰਵਿਊ ਲੈਣਾ ਉਹਨਾਂ ਨੇ ਦਲਜੀਤ ਸਰ ਨੇ ਇੱਕ ਰੀਅਲ ਕਪਲ ਦਾ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਵਰਕ ਕਰ ਰਹੇ ਨੇ। ਤਾਂ ਅਸੀਂ ਦੋਨੋਂ ਰੈਡੀ ਹੋ ਗਏ ਫਟਾਫਟ, ਯੂਨੀਫਾਰਮ ਪਾਈ, ਜਿਵੇਂ ਕਿ ਯੂਨੀਫਾਰਮ ਚ ਇਹਦੇ ਵਿੱਚ ਟ੍ਰੇਨਿੰਗ ਚ ਸਿਖਾਇਆ ਜਾਂਦਾ ਸਾਨੂੰ 1 ਮਿੰਟ ਡਰਿਲ, ਜਿਹਦੇ ਵਿੱਚ 1 ਮਿੰਟ ਚ ਤੁਹਾਨੂੰ ਯੂਨੀਫਾਰਮ ਵੇਅਰ ਕਰਨੀ ਹੁੰਦੀ ਹੈ। ਤਾਂ ਅਸੀਂ ਬਸ ਫਟਾਫਟ ਰੈਡੀ ਹੋਏ, ਇਹਨਾਂ ਨੇ ਮੇਰੀ ਯੂਨੀਫਾਰਮ ਪ੍ਰੈਸ ਕੀਤੀ ਫਟਾਫਟ। ਇਹ ਕਹਿੰਦੇ ਵੀ ਮੈਂ ਇੰਨੀ ਛੇਤੀ ਮੈਂ ਵਰਦੀ ਮੈਂ ਕਿਵੇਂ ਪਾਵਾਂ, ਮੈਂ ਐਂ ਕਰਨਾ, ਕਿਉਂਕਿ ਤੁਹਾਨੂੰ ਪਤਾ ਲੇਡੀਜ਼ ਨੂੰ ਥੋੜਾ ਟਾਈਮ। ਮੈਂ ਕਿਹਾ ਭਾਜੀ ਨੇ ਬੁਲਾਇਆ, ਤੂੰ 2 ਮਿੰਟ ਲਾ ਵਰਦੀ ਤੇਰੀ, ਮੈਂ ਪ੍ਰੈਸ ਕਰ ਲਾ, ਆਪਾਂ ਲੇਟ ਨਹੀਂ ਹੋਣਾ। ਤਾਂ ਬਸ ਫਿਰ ਇਹਨਾਂ ਨੇ ਆਪਣਾ ਥੋੜਾ ਟੱਚ ਅਪ ਜਿਹਾ ਕੀਤਾ, ਮੈਂ ਪ੍ਰੈਸ ਕੀਤੇ, ਮੈਂ ਕਿਹਾ ਮੈਂ ਚੱਕੋ ਕੰਮ ਰੈਡੀ ਆ, ਆਪਾਂ ਨਿਕਲੀਏ ਗੱਡੀ, ਮੈਂ ਸ਼ੂਜ਼ ਪੋਲਿਸ਼ ਕਰਨੇ ਨੇ, ਹਨਾ, ਜੂੜਾ ਕਰਨਾ ਪਏਗਾ ਮੈਨੂੰ ਫਟਾਫਟ। ਮੈਂ ਕਿਹਾ ਇੰਨੀ ਜਲਦੀ ਨਹੀਂ ਪਹੁੰਚ ਪਾਵਾਂਗੇ, ਕਿਉਂਕਿ ਉਹ ਕਹਿ ਰਹੇ ਸੀ ਪ੍ਰੀਮੀਅਰ ਤੋਂ ਪਹਿਲਾਂ ਜੇ ਹੋ ਗਿਆ ਠੀਕ ਹੈ, ਅਦਰਵਾਈਜ਼ ਫਿਰ ਨਹੀਂ ਹੋ ਪਾਏਗਾ। ਮੈਂ ਇੱਕ ਦੂਜੇ ਨੂੰ ਚੁੰਡੀ ਵੱਢ ਕੇ ਨਹੀਂ ਦੇਖਿਆ ਕਿ ਆਲਮੋਸਟ ਇੰਡਸਟਰੀ ਦਾ ਡ੍ਰੀਮ ਹੈ ਇਸ ਟਾਈਮ ਕਿ ਦਲਜੀਤ ਦੋਸਾਂਝ ਦੀ ਇੰਟਰਵਿਊ ਕਰਨਾ ਜਾਂ ਉਹਨਾਂ ਨਾਲ ਗੱਲਬਾਤ ਕਰਨੀ ਜਾਂ ਫੋਟੋ ਕਰਨਾ ਜਾਂ ਬੈਠ ਕੇ, ਔਰ ਉਸ ਇਨਸਾਨ ਦਾ ਤੁਹਾਨੂੰ ਕਾਲ ਆ ਰਿਹਾ ਕਿ ਤੁਸੀਂ ਮੇਰੇ ਕੋਲ ਆਓ ਚੱਲ ਕੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਇਹ ਮਤਲਬ ਕਿਸ ਤਰ੍ਹਾਂ ਦਾ ਫੀਲ ਸੀਗਾ? ਪਹਿਲੀ ਵਾਰ ਆਈ ਥਿੰਕ ਕਿਸੇ ਨਾਲ ਹੋਈ ਹੈ ਚੀਜ਼। ਐਕਚੁਅਲੀ ਭਾਜੀ ਜਿਹੜੇ ਦਲਜੀਤ ਭਾਜੀ ਦੇ ਨਾਲ ਨੇ ਨਾ ਗੁਰਪ੍ਰਤਾਪ ਸਿੰਘ ਕੰਗ ਜੀ, ਤਾਂ ਕਾਫੀ ਲੰਬੇ ਸਮੇਂ ਤੋਂ ਨੇ, ਡਿਊਰਿੰਗ ਸ਼ੂਟਿੰਗ ਦੇ ਟਾਈਮ ਮੇਰਾ ਉਹਨਾਂ ਦੇ ਨਾਲ ਵਧੀਆ ਹੈਲੋ ਹਾਈ ਹੋਈ ਸੀ, ਗੱਲਬਾਤ ਹੋਈ ਸੀ, ਤਾਂ ਸਾਡਾ ਨੰਬਰ ਐਕਸਚੇਂਜ ਹੋ ਗਿਆ ਸੀ। ਤਾਂ ਭਾਜੀ ਦੇ ਧਿਆਨ ਦੇ ਵਿੱਚ ਸੀਗਾ ਕਿ ਵੀ ਮੈਂ ਮੁਲਾਜ਼ਮ ਹਾਂ ਤੇ ਮੈਡਮ ਦਾ ਵੀ ਪਤਾ ਸੀ। ਤਾਂ ਉਸੇ ਦੌਰਾਨ ਫਿਰ ਸਰ ਦਾ ਜਦੋਂ ਫੋਨ ਆਇਆ ਵੀ ਐਵੇਂ ਕਰਕੇ ਦਲਜੀਤ ਭਾਜੀ ਇੱਕ ਰੀਅਲ ਕਪਲ ਦੇ ਨਾਲ ਇੰਟਰਵਿਊ ਕਰਨਾ ਚਾਹੁੰਦੇ ਨੇ, ਵੀ ਤੁਹਾਨੂੰ ਬੁਲਾਇਆ ਹੈ ਜੇ ਤੁਸੀਂ ਆ ਸਕਦੇ ਹੋ,
ਤਾਂ ਮੈਂ ਫਿਰ ਉਸ ਚੀਜ਼ ਨੂੰ ਇੱਕ ਗੋਲਡਨ ਮੂਮੈਂਟ ਹੀ ਮੰਨਦਾ। ਉਸ ਇੱਕ ਸਿੰਗਲ ਕਾਲ ਨੇ ਮਤਲਬ ਲਾਈਫ ਨੂੰ ਬਿਲਕੁਲ ਇੱਕ ਨਵੇਂ ਪਾਥ 'ਤੇ ਲੈ ਆਇਆ, ਕਿਉਂਕਿ ਮੈਂ ਦਲਜੀਤ ਭਾਅ ਜੀ ਨੂੰ ਸਿਰਫ ਮਿਲਣ ਦਾ ਸੁਪਨਾ ਕਦੇ ਸੋਚਿਆ ਸੀ ਅਤੇ ਉਹਨਾਂ ਨਾਲ ਬੈਠ ਕੇ ਮੈਂ ਇੰਟਰਵਿਊ ਕੀਤੀ, ਭਾਅ ਜੀ ਵੱਲੋਂ ਬਹੁਤ ਜ਼ਿਆਦਾ ਰਿਸਪੈਕਟ ਅਤੇ ਪਿਆਰ ਮਿਲਿਆ, ਅਨਐਕਸਪੈਕਟਡ ਸੀ ਭਾਅ ਜੀ। ਅਤੇ ਉਸ ਚੀਜ਼ ਦਾ ਥੈਂਕਸ ਫਿਰ ਕੀਤਾ ਇੱਧਰ? ਮੈਂ ਭਾਅ ਜੀ ਬਹੁਤ, ਮੈਂ ਤਾਂ ਹਰ ਰੋਜ਼ ਥੈਂਕਸ ਕਰਦੇ ਆ ਸਾਡੀ, ਹੁਣ ਪਹਿਲਾਂ ਕਦੇ ਕਦਾਈ ਗੱਲ ਹੁੰਦੀ ਸੀ, ਹੁਣ ਰੋਜ਼ਾਨਾ ਵਾਂਗੂ ਸਾਡੀ ਗੱਲ ਹੁੰਦੀ। ਡ੍ਰੀਮ ਕਮ ਟਰੂ ਰਾਈਟ, ਕਿ ਹਰ ਬੰਦੇ ਦਾ ਕੋਈ ਨਾ ਕੋਈ ਡ੍ਰੀਮ ਹੁੰਦਾ ਲਾਈਫ ਦੇ ਵਿੱਚ। ਤੇ ਗੁਰਦੀਪ ਬਾਈ ਆਪਣਾ ਡ੍ਰੀਮ ਦੱਸੋ ਯਾਰ ਪਹਿਲਾਂ। ਤੇ ਮੈਂ 2016 ਤੋਂ ਇਸ ਬੰਦੇ ਨੂੰ ਜਾਣਦਾ ਔਰ ਇਹ ਬੰਦਾ ਇੱਕ ਚੀਜ਼ ਨੂੰ ਇਹਨੇ ਵੀ ਫੜਿਆ ਹੋਇਆ, ਅਸਿਸਟੈਂਟ ਡਾਇਰੈਕਟਰ ਜਰਨੀ ਹੈ ਬਾਈ ਦੀ, ਮਿਹਨਤ ਹੈ ਵਾਕਈ, ਸੀਰੀਅਸਲੀ ਕੀੜਾ ਹੀ ਹੈ ਹੁਣ, ਕਿ ਇਹ ਕੱਢਣਾ ਹੀ ਹੈ। ਸਰ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਇਹੀ ਸੋਚ ਰਹੀ ਹੈ ਕਿ ਡਾਇਰੈਕਟਰ ਬਣਨਾ ਜੀ, ਭਾਵੇਂ ਜੋ ਮਰਜ਼ੀ ਹੋ ਜੇ। ਔਰ ਬਾਈ ਨੂੰ ਤੁਸੀਂ ਬਹੁਤ ਸਾਰੇ ਹੋਰ ਪੰਜਾਬੀ ਗਾਣਿਆਂ 'ਚ ਵੀ ਦੇਖਿਆ ਹੋਊਗਾ, ਕਿਤੇ ਨਾ ਕਿਤੇ ਜੇ ਪਹਿਚਾਣ ਕਰ ਰਹੇ ਹੋ ਤਾਂ ਕਰ ਲਓ। ਇਹਨਾਂ ਨੂੰ ਤੁਸੀਂ ਗਾਣੇ 'ਚ ਵੀ ਦੇਖਿਆ ਹੋਊਗਾ, ਕਾਫੀ ਸਾਰੇ ਗਾਣੇ ਹੈਗੇ ਨੇ ਜਿਹਦੇ ਵਿੱਚ ਭਾਅ ਜੀ ਹੋਣਾਂ ਨੇ ਬਹੁਤ ਸਾਰੇ ਕੰਮ ਕੀਤੇ ਹੋਏ ਨੇ ਨਾਲ ਨਾਲ। ਅਤੇ ਫਿਰ ਫਰੰਟ 'ਤੇ ਆਉਣ ਦੇ ਨਾਲੋਂ ਪਿੱਛੇ ਕੰਮ ਕਰਨ ਦਾ? ਸਰ ਅਸਲ 'ਚ ਜਦੋਂ ਤੁਹਾਡਾ ਪਾਥ ਕਲੀਅਰ ਹੋਵੇ, ਤੁਹਾਨੂੰ ਪਤਾ ਹੋਵੇ ਵੀ ਅਸਲ 'ਚ ਤੁਸੀਂ ਕਰਨਾ ਕੀ ਚਾਹੁੰਦੇ ਹੋ ਜੀ, ਤੇ ਜਦੋਂ ਤੁਹਾਨੂੰ ਕੰਮ ਨਹੀਂ ਮਿਲਦਾ ਫਿਰ ਨਾਲ ਨਾਲ ਪੈਰਲਰ ਤੁਸੀਂ ਹੋਰ ਕੀ ਕੰਮ ਕਰਦੇ ਹੋ, ਜਾਂ ਤੁਹਾਨੂੰ ਹੋਰ ਕੀ ਕੰਮ ਮਿਲਦੇ ਨੇ, ਤਾਂ ਜ਼ਰੂਰੀ ਨਹੀਂ ਵੀ ਜੇ ਮੈਂ ਚਾਹੁੰਦਾ ਵੀ ਮੈਂ ਇਸ ਪਾਸੇ ਨੂੰ ਜਾਣਾ ਤੇ ਮੈਨੂੰ ਇਸ ਪਾਸੇ ਲੈ ਕੇ ਜਾਂਦੀ ਹੈ ਜਨਤਾ, ਫਿਰ ਠੀਕ ਆ ਵੀ ਇੱਧਰ ਵੀ ਜਾਓ, ਪਰ ਜੋ ਤੁਸੀਂ ਤੁਹਾਡਾ ਵਿਜ਼ਨ ਕਲੀਅਰ ਹੋਣਾ ਚਾਹੀਦਾ ਜੀ ਸਭ ਤੋਂ ਪਹਿਲਾਂ, ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ। ਤੇ ਹੁਣ ਮੈਂ ਪੁੱਛਾਂ ਕੀ ਕਰਨਾ ਚਾਹੁੰਦੇ ਹੋ ਗੁਰਦੀਪ ਜੀ? ਸਰ ਮੈਂ ਡਾਇਰੈਕਟਰ ਬਣਨਾ ਚਾਹੁੰਦਾ ਜੀ। ਡਾਇਰੈਕਟਰ ਬਣਨਾ ਚਾਹੁੰਦੇ ਔਰ ਤੁਹਾਨੂੰ ਲੱਗਦਾ ਕਿ ਯੂ ਆਰ ਔਨ ਰਾਈਟ ਪਾਥ, ਕਿ ਹਾਂ ਸਹੀ ਟਰੈਕ ਤੇ ਹੋ ਤੁਸੀਂ? ਜੀ ਸਰ ਡੈਫੀਨੇਟਲੀ, ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਹੋ ਰਿਹਾ ਜੀ, ਜੋ ਹੋ ਰਿਹਾ, ਜੋ ਸੋਚਿਆ ਸੀ ਉਸ ਵੱਲ ਨੂੰ ਜਾ ਰਹੇ ਹਾਂ ਜੀ ਮੈਂ ਖੁਦ ਜੀ। ਤੇ ਮੇਰਾ ਖਿਆਲ ਹੈ ਜਿੱਥੋਂ ਤੱਕ ਮੇਰੀ ਸੋਚ ਕਹਿੰਦੀ ਹੈ ਕਿ ਡਾਇਰੈਕਟਰ ਦਾ ਬਹੁਤ ਵੱਡਾ ਰੋਲ ਹੁੰਦਾ ਇੱਕ ਫਿਲਮ ਨੂੰ ਕੰਪਲੀਟ ਕਰਨ ਦੇ ਵਿੱਚ, ਆਰਟਿਸਟਾਂ ਨੂੰ ਹੈ ਨਾ ਮੈਨੇਜ ਕਰਨ ਦੇ ਵਿੱਚ, ਪਰ ਜਿਹੜੀ ਸੈੱਟ ਦੇ ਉੱਪਰ ਦੌੜ ਹੁੰਦੀ ਹੈ ਨਾ, ਇਹ ਅਸਿਸਟੈਂਟ ਡਾਇਰੈਕਟਰ ਦੀ ਬਹੁਤ ਜ਼ਿਆਦਾ ਹੁੰਦੀ ਹੈ। ਅੱਜ ਤੱਕ ਦੀ ਜਿੰਨੀਆਂ ਵੀ ਫਿਲਮਾਂ ਕੀਤੀਆਂ ਨੇ ਅਸਿਸਟੈਂਟ ਡਾਇਰੈਕਟਰ, ਸਭ ਤੋਂ ਜ਼ਿਆਦਾ ਦੌੜ ਕਿਸ 'ਚ ਲੱਗੀ? ਦਲਜੀਤ ਬਾਈ ਵਾਲੀ ਮੂਵੀ 'ਚ ਲੱਗੀ ਹੈ ਜੀ। ਸਰ ਬਹੁਤ 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 ਦੌੜ ਲੱਗੀ ਹੈ ਜੀ ਇਸ ਫਿਲਮ 'ਚ ਵੀ। ਦਲਜੀਤ ਬਾਈ ਨਾਲ ਪਹਿਲਾਂ ਹੀ ਫਿਲਮ ਕੀਤੀ ਹੈ ਜੀ ਛੜਾ, ਉਹਦੇ 'ਚ ਵੀ ਬਹੁਤ ਦੌੜ ਲੱਗੀ ਆ। ਹੁਣ ਤੱਕ ਮੈਂ 20 ਫਿਲਮਾਂ ਕਰ ਚੁੱਕਿਆ ਜੀ ਪੰਜਾਬੀ, ਤੇ 3-4 ਫਿਲਮਾਂ ਮੈਂ ਬਾਲੀਵੁੱਡ ਦੀਆਂ ਕੀਤੀਆਂ ਨੇ ਜੀ ਜੀ। ਤੇ ਬਹੁਤ ਦੌੜ ਰਹੀ ਹੈ ਜੀ ਅੱਜ ਤੱਕ, ਤੇ ਹੋਰ ਜ਼ਿਆਦਾ ਇਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰ। ਮਜ਼ਾ ਆ ਰਿਹਾ? ਬਹੁਤ ਮਜ਼ਾ ਆ ਰਿਹਾ ਜੀ, ਜ਼ਿੰਦਗੀ ਦਾ ਸਵਾਦ ਹੀ ਇੱਥੇ ਆ ਰਿਹਾ। ਅਸਲ 'ਚ ਬੰਦਾ ਜੋ ਦਿਲੋਂ ਚਾਹੁੰਦਾ ਕਰਨਾ, ਜਦੋਂ ਉਹਨੂੰ ਉਹ ਕੰਮ ਮਿਲ ਜੇ ਤਾਂ ਇਸ ਤੋਂ ਵੱਧ ਸਵਾਦ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਕਿਤੇ ਹੋਰ ਆ। ਹਾਂ ਮੈਨੂੰ ਯਾਦ ਹੈ, ਮੈਂ ਔਰ ਗੁਰਦੀਪ ਬਾਈ ਅਸੀਂ ਇਕੱਠੇ ਇੱਕ ਮੂਵੀ 'ਚ ਕੰਮ ਕਰਦੇ ਰਹੇ। ਪਰਦੇ 'ਤੇ ਜਿਹੜੀ ਮੂਵੀ ਆ ਰਹੀ ਹੈ, ਨੋ ਡਾਊਟ ਕਿ ਆਪਾਂ ਸਿਨੇਮਾ 'ਚ ਬੈਠ ਕੇ ਜਦੋਂ ਮੂਵੀ ਦੇਖਦੇ ਹਾਂ, ਕਿਤੇ ਨਾ ਕਿਤੇ ਇੰਟਰਟੇਨਮੈਂਟ ਸਾਨੂੰ ਮਿਲਦਾ ਹੈ ਨਾ, ਮੈਸੇਜਿਸ ਕਾਫੀ ਸਾਰੇ ਮਿਲਦੇ ਆ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਇੱਕ ਜਦੋਂ ਮਾਲਾ ਬਣਦੀ ਹੈ, ਇਕੱਲੇ ਇਕੱਲੇ ਮੋਤੀ ਨੂੰ ਪਰੋ ਕੇ ਬਣਾਈ ਜਾਂਦੀ ਹੈ ਰਾਈਟ, ਤਾਂ ਬਹੁਤ ਵੱਡੀ ਟੀਮ ਦਾ ਪਿੱਛੇ ਹੱਥ ਹੁੰਦਾ, ਉਨਾ ਹੀ ਹੱਥ ਪਿੱਛੇ ਵੱਡਾ ਜਿੰਨਾ ਹੁੰਦਾ, ਜਿੰਨੇ ਵੀ ਮੇਕਿੰਗ 'ਤੇ ਹੁੰਦੇ, ਜਿੰਨਾ ਸਾਡਾ ਕਰੂ ਹੁੰਦਾ, ਕੈਮਰਾਮੈਨ ਤੋਂ ਲੈ ਕੇ ਸਪੋਰਟ ਬੋਏ ਤੋਂ ਲੈ ਕੇ ਸਭ ਦਾ ਪੂਰਾ ਫੁੱਲ ਵਿੱਚ ਮਿਹਨਤ ਹੁੰਦੀ ਹੈ, ਡੈਡੀਕੇਸ਼ਨ ਹੁੰਦੀ ਹੈ। ਤੁਸੀਂ ਇਹ ਦੱਸਿਆ ਕਿ ਤੁਹਾਡਾ ਸ਼ੁਰੂ ਤੋਂ ਇੰਟਰਸਟ ਸੀਗਾ ਕਿ ਇਸ ਵਾਲੇ ਪਾਸੇ ਆਇਆ ਜਾਏ, ਇਸ ਖੇਤਰ 'ਚ ਆਇਆ ਜਾਏ, ਔਰ ਮੇਰਾ ਖਿਆਲ ਤੁਸੀਂ ਥੀਏਟਰ ਵੀ ਕਰਦੇ ਰਹੇ ਹੋ, ਅਤੇ ਫਿਰ ਭਾਅ ਜੀ ਪੁਲਿਸ ਵਾਲੀ ਸਾਈਡ ਸਬੱਬ ਕਿਸ ਤਰ੍ਹਾਂ ਬਣਿਆ? ਐਕਚੁਅਲੀ ਭਾਅ ਜੀ ਜਿੱਦਾਂ ਅਸੀਂ ਹੈਗੇ 90 ਬੋਰਨਸ, ਠੀਕ ਹੈ, ਤਾਂ ਸਾਨੂੰ ਕਲੀਅਰ ਹੀ ਨਹੀਂ ਸੀ ਹੁੰਦਾ ਵੀ ਅਸੀਂ ਕੀ ਕਰਨਾ ਆ ਉਸ ਟਾਈਮ ਨਾਲ, ਮਤਲਬ ਕਿ ਗਾਈਡੈਂਸ ਨਹੀਂ ਸੀ ਹੁੰਦੀ। ਹੁਣ ਦਾ ਟਾਈਮ ਤਾਂ ਬਹੁਤ ਸੋਹਣਾ ਟਾਈਮ ਹੈ, ਬੱਚਿਆਂ ਨੂੰ ਪਤਾ ਹੁੰਦਾ ਵੀ ਅਸੀਂ ਕੀ ਕਰਨਾ ਪਲੱਸ ਟੂ ਤੋਂ ਬਾਅਦ, ਤਾਂ ਜਿਹੜੇ 90 ਬੋਰਨਸ ਨੇ ਸ਼ਾਇਦ ਵੀ ਯਾਰ ਦੋਸਤ ਕੀ ਕਰ ਰਿਹਾ, ਹਾਂ ਮੈਂ ਵੀ ਇਹਦੇ ਵਿੱਚ ਦਾਖਲਾ ਭਰ ਦਿੰਦਾ, ਉਹੀ ਹਾਲਾਤ ਸਾਡੇ ਰਹੇ ਨੇ। ਅੰਦਰ ਕੀ ਸੀ ਸਾਨੂੰ ਖੁਦ ਨਹੀਂ ਸੀ ਪਤਾ, ਤਾਂ ਜਦੋਂ ਪੰਜਾਬ ਸਰਕਾਰ ਨੇ 2016 ਦੇ ਵਿੱਚ ਭਰਤੀ ਕੱਢੀ, ਮੈਂ ਯੂਨੀਵਰਸਿਟੀ ਲਾਅ ਕਰਦਾ ਹੁੰਦਾ ਸੀ, ਤਾਂ ਆਇਆ ਪਤਾ ਲੱਗਿਆ ਵੀ ਭਰਤੀ ਆਈ ਹੈ, ਤਿਆਰੀ ਕੀਤੀ, ਪਰ ਅਸੀਂ ਕਰਦੇ ਰਹਿੰਦੇ ਸੀ, ਗਰਾਊਂਡ ਦੇ ਨਾਲ ਜੁੜੇ ਰਹੇ ਹਾਂ, ਹੁਣ ਤੱਕ ਵੀ ਜੁੜੇ ਹੋਏ ਹਾਂ। ਤਾਂ ਉਦੋਂ ਟ੍ਰਾਇਲ ਕਲੀਅਰ ਹੋਇਆ, ਚਲੋ ਨੰਬਰ ਆ ਗਿਆ। ਡਿਊਰਿੰਗ ਮੇਰੇ ਸਟੱਡੀ ਦੇ ਦੌਰਾਨ ਹੀ ਮੈਂ ਟ੍ਰੇਨਿੰਗ ਕੰਪਲੀਟ ਕੀਤੀ,
ਫਿਰ ਬਾਅਦ ਵਿੱਚ ਹੌਲੀ ਹੌਲੀ ਕਰਕੇ ਜਿੱਦਾਂ ਐਕਟਿੰਗ ਦਾ ਸੀਗਾ, ਅਸੀਂ ਉਸ ਟਾਈਮ ਥੋੜਾ ਬਹੁਤ ਫੋਨ ਵਗੈਰਾ ਤੇ ਕਰਦੇ ਰਹਿੰਦੇ ਸੀ, ਥੀਏਟਰ ਚ ਕਰਦੇ ਰਹਿੰਦੇ ਸੀ, ਯਾਰਾਂ ਦੋਸਤਾਂ ਨਾਲ ਕਰਦੇ ਰਹਿੰਦੇ ਸੀ, ਪਰ ਇੱਕ ਚੰਗੀ ਤਰ੍ਹਾਂ ਕੋਈ ਮੌਕਾ ਨਹੀਂ ਸੀ ਮਿਲਿਆ ਵੀ ਅਸੀਂ ਉਹਨੂੰ ਰੀਪ੍ਰਜੈਂਟ ਕਰ ਸਕੀਏ। ਫਿਰ 2020 ਦੇ ਵਿੱਚ ਜਦੋਂ ਮੇਰੀ ਇਹਨਾਂ ਨਾਲ ਮੈਰਿਜ ਹੋਈ, ਇਹ ਮੇਰੇ ਲਈ ਕਾਫੀ, ਮੈਨੂੰ ਲੱਗਦਾ ਮੇਰੇ ਲੱਕੀ ਚਾਮ ਨੇ, ਕਿਉਂਕਿ ਇਹਨਾਂ ਦੇ ਥਰੂ ਆਊਟ ਮੈਂ ਅੱਜ ਜਿੱਥੇ ਵੀ ਪਹੁੰਚਿਆ, ਸ਼ਾਇਦ ਮੇਰੇ ਇਹਨਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਸ ਚੀਜ਼ ਦੇ ਵਿੱਚ। ਤਾਂ ਉਸ ਟਾਈਮ ਜੀ ਕੋਰੋਨਾ ਦੇ ਦੌਰਾਨ ਪਟਿਆਲਾ ਦੇ ਮਾਣਯੋਗ SSP ਸੀਗੇ ਸਰਦਾਰ ਮਨਦੀਪ ਸਿੰਘ ਸਿੱਧੂ ਜੀ, ਤਾਂ ਡੋਮੈਸਟਿਕ ਵਾਇਲੈਂਸ ਬਹੁਤ ਹਾਈ ਲੈਵਲ ਤੇ ਵੱਧ ਗਿਆ ਸੀਗਾ ਉਸ ਟਾਈਮ। ਤਾਂ ਸਰ ਨੇ ਇੱਕ ਅਵੇਅਰਨੈਸ ਵੀਡੀਓ ਬਣਾਉਣ ਵਾਸਤੇ ਐਪਰੀਸ਼ੀਏਟ ਕਰਿਆ ਸੀਗਾ ਸਾਰਿਆਂ ਨੂੰ, ਹਨਾ ਵੀ ਤੁਸੀਂ ਐਵੇਂ ਦਾ ਕੋਈ ਸਟੈਪ ਲਓ ਵੀ ਐਵੇਂ ਕਰਕੇ ਆਪਾਂ ਅਵੇਅਰਨੈਸ ਕਰੀਏ। ਤਾਂ ਉਹ ਚਾਂਸ ਮੈਨੂੰ ਮਿਲਿਆ ਜੀ, ਹਨਾ ਅਸੀਂ ਡੋਮੈਸਟਿਕ ਵਾਇਲੈਂਸ ਦੇ ਉੱਪਰ ਇੱਕ ਸ਼ਾਰਟ ਮੂਵੀ ਬਣਾਈ, ਮੈਂ ਖੁਦ ਹੀ ਲਿਖੀ ਸੀ, ਖੁਦ ਹੀ ਡਾਇਰੈਕਟ ਕੀਤੀ ਸੀਗੀ। ਤਾਂ ਇਹਨਾਂ ਨੇ ਐਜ਼ ਏ ਮਤਲਬ ਕਿ ਮੇਰੇ ਨਾਲ ਮਤਲਬ ਕਿ ਜਿਹੜਾ ਫੀਮੇਲ ਕਰੈਕਟਰ ਸੀਗਾ ਰਜਨੀ ਜੀ ਨੇ ਪਲੇ ਕੀਤਾ, ਉਸ ਮੂਵੀ ਨੂੰ 2 ਦਿਨਾਂ ਦੇ ਅੰਦਰ ਅੰਦਰ ਹੀ ਮਿਲੀਅਨਸ ਵਿਊ ਆ ਗਏ ਸੀਗੇ ਫੇਸਬੁੱਕ ਤੇ, ਯੂਟਿਊਬ ਤੇ ਵੀ ਸਾਡਾ ਚੱਲਿਆ ਸੀ। ਤਾਂ ਉਸ ਤੋਂ ਬਾਅਦ ਮਨਦੀਪ ਸਰ ਨੇ ਸਾਨੂੰ ਬੁਲਾਇਆ, ਸਾਨੂੰ ਦੋਨਾਂ ਨੂੰ ਸਰਟੀਫਿਕੇਟ ਦਿੱਤਾ ਵੀ ਤੁਸੀਂ ਬਹੁਤ ਸੋਹਣਾ ਕੰਮ ਕੀਤਾ। ਤਾਂ ਸਰ ਨੇ ਕਿਹਾ ਵੀ ਤੁਸੀਂ ਬਹੁਤ ਚੰਗਾ ਕੰਮ ਕੀਤਾ ਆ, ਵੀ ਤੁਸੀਂ ਸੋਸ਼ਲ ਮੀਡੀਆ ਵਾਸਤੇ ਲੋਕਾਂ ਦੀ ਭਲਾਈ ਵਾਸਤੇ ਇਹ ਕਰੋ, ਪੁਲਿਸ ਨੂੰ ਰੀਪ੍ਰਜੈਂਟ ਕਰੋ, ਸੋਸ਼ਲ ਅਵੇਅਰਨੈਸ ਦੀਆਂ ਵੀਡੀਓਜ਼ ਬਣਾਓ। ਤਾਂ ਉਹ ਚੀਜ਼ ਸ਼ਾਇਦ ਇੱਕ ਟਰਨਿੰਗ ਪੁਆਇੰਟ ਸੀਗਾ ਮੇਰੇ ਇਸ ਚੀਜ਼ ਨੂੰ ਜੋ ਮੈਂ ਕਰਨਾ ਚਾਹੁੰਦਾ ਸੀ। ਤਾਂ ਉਹਦੇ ਨਾਲ ਕਾਫੀ ਸ਼ਾਰਪਨੈਸ ਆਈ, ਕੈਮਰੇ ਨੂੰ ਫੇਸ ਕਰਨਾ, ਕਿਵੇਂ ਡਾਇਲੋਗ ਡਿਲੀਵਰੀ ਹੋਣੀ, ਹੌਲੀ ਹੌਲੀ ਕਰਦੇ ਬਸ ਮੈਂ ਸੋਸ਼ਲ ਮੀਡੀਆ ਦੇ ਦੌਰਾਨ ਹੀ ਫਿਰ ਮੈਂ ਗੁਰਦੀਪ ਬਾਈ ਜੀ ਨੂੰ ਮਿਲਿਆ, ਤਾਂ ਅੱਜ ਇਸ ਬਾਬਾ ਬਣਿਆ। ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਪੁਲਿਸ ਨੇ ਹੀ ਇੱਕ ਤਰ੍ਹਾਂ ਦਾ ਤੁਹਾਨੂੰ ਮੌਕਾ ਦਿੱਤਾ ਹੈ। ਜੀ ਜੀ, ਇਸ ਮੈਂ ਖਾਕੀ ਦਾ ਇੱਕ ਬੰਦੇ ਨੂੰ ਪੁਸ਼ ਕਰਨਾ ਹੁੰਦਾ ਨਾ ਕਿ ਇੱਕ ਬੰਦਾ ਬਸ ਇੱਕ ਜਗ੍ਹਾ ਤੇ ਅੜਿਆ ਹੀ ਹੁੰਦਾ, ਤਾਂ ਉਹਨੂੰ ਬਸ ਇੱਕ ਧੱਕੇ ਦੀ ਲੋੜ ਹੁੰਦੀ ਹੈ, ਹੱਲਾਸ਼ੇਰੀ ਦੀ ਲੋੜ। ਹਾਂਜੀ, ਮੈਂ ਇਸ ਖਾਕੀ ਦਾ ਬਹੁਤ ਮਤਲਬ ਧੰਨਵਾਦ ਕਰਦਾ ਤੇ ਦੇਣਦਾਰ, ਤਾਂ ਮੈਂ ਮਤਲਬ ਮੈਂ ਕਹਿ ਨਹੀਂ ਸਕਦਾ, ਕਿਉਂਕਿ ਸਰ ਜੀ ਧੱਕਾ ਇਹਨਾਂ ਨੂੰ ਬਹੁਤ ਸੋਹਣਾ ਲੱਗਿਆ ਜੀ, ਦੇਖ ਲਓ ਮਾੜਾ ਜਿਹਾ ਧੱਕਾ ਲੱਗਿਆ ਜੱਟ ਐਂਡ ਜੂਲੀਅਟ ਚ ਗਿਰੇ, ਧੱਕਾ ਛੋਟਾ ਨਹੀਂ ਜੀ, ਬਹੁਤ ਵੱਡਾ। ਇਦਾਂ ਬਹੁਤ ਜਣੇ ਸੋਚ ਰਹੇ ਹੋਣਗੇ ਬੈਠੇ ਕਿ ਯਾਰ ਸਾਨੂੰ ਕਿਉਂ ਇਦਾਂ ਦਾ ਧੱਕਾ ਨਹੀਂ ਮਿਲਦਾ ਕਿਤੋਂ, ਜਾਂ ਸਾਨੂੰ ਕਿਉਂ ਨਹੀਂ ਧੱਕਾ ਇਦਾਂ ਦਾ ਲੱਗਦਾ, ਹੋਰ ਬਥੇਰੇ ਅਸੀਂ ਜ਼ਿੰਦਗੀ ਚ ਧੱਕੇ ਖਾ ਲਏ ਆ, ਇਦਾਂ ਦਾ ਧੱਕਾ ਸਾਨੂੰ ਨਹੀਂ ਮਿਲਦਾ, ਇਦਾਂ ਦਾ ਐਡਰੈਸ ਕਿਤੇ ਨਹੀਂ ਆ। ਇਹ ਤੁਹਾਡਾ ਜਿਹੜਾ ਧੱਕਾ ਇਹ ਮਿਲਦਾ, ਇਹ ਤੁਹਾਡਾ ਕੰਮ ਹੁੰਦਾ, ਤੁਹਾਡੀ ਮਿਹਨਤ ਹੁੰਦੀ ਹੈ, ਤੁਹਾਡੀ ਡੈਡੀਕੇਸ਼ਨ ਹੁੰਦੀ ਹੈ, ਜਾਂ ਤੁਹਾਡੀ ਕਲਾ ਹੁੰਦੀ ਹੈ ਜਿਹੜੀ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ, ਔਰ ਇਹਨਾਂ ਦੀ ਕਲਾ ਵੀ ਹੈ। ਔਰ ਜਿਹੜੀ ਇਮੇਜ ਇੱਕ ਪੰਜਾਬ ਪੁਲਿਸ ਦੀ ਬਣੀ ਹੋਈ ਹੈ ਯੂਥ 'ਚ ਕਹਿ ਲਓ ਜਾਂ ਲੋਕਾਂ 'ਚ ਕਹਿ ਲਓ, ਆਮ ਜਨਤਾ 'ਚ ਕਹਿ ਲਓ, ਹਨਾ, ਪੰਜਾਬ ਪੁਲਿਸ ਬੇਸਿਕਲੀ ਸੇਵਾਵਾਂ ਦਿੰਦੀ ਹੈ, ਡਿਊਟੀ ਦਿੰਦੀ ਹੈ, ਰਾਈਟ? ਜਿਹੜੀ ਤੁਹਾਡੇ ਦਿਲ 'ਚ ਪੰਜਾਬ ਪੁਲਿਸ ਪ੍ਰਤੀ ਇਮੇਜ ਸੀਗੀ ਬਿਫੋਰ ਜੁਆਇਨਿੰਗ, ਜੁਆਇਨਿੰਗ ਤੋਂ ਬਾਅਦ ਚੇਂਜ ਆਇਆ ਕੁਛ ਉਹਦੇ ਚ, ਜਾਂ ਲੱਗਿਆ ਵਾਕਈ ਕਿ ਉਹ ਇਮੇਜ ਸਹੀ ਸੀ ਜਾਂ ਗਲਤ ਸੀ? ਹਾਂ, ਨਹੀਂ ਨਹੀਂ ਜੀ, ਬਹੁਤ ਬਦਲਾਵ ਆਇਆ ਐਕਚੁਲੀ। ਹੁਣ ਜਿਨ੍ਹਾਂ ਨੇ ਮਹਿਕਮਾ ਨਹੀਂ ਜੁਆਇਨ ਕੀਤਾ, ਹਨਾ, ਜਾਂ ਜਿਹੜੇ ਦੂਰੋਂ ਦੇਖਦੇ ਨੇ, ਉਹਨਾਂ ਦੇ ਲਈ ਡਿਪਾਰਟਮੈਂਟ ਕੁਛ ਹੋਰ ਨਜ਼ਰਦਾ, ਪਰ ਜਦੋਂ ਅਸੀਂ ਮਹਿਕਮੇ ਦਾ ਹਿੱਸਾ ਬਣਦੇ ਹਾਂ, ਸਾਨੂੰ ਅਸਲ ਅਹਿਸਾਸ ਉਦੋਂ ਹੁੰਦਾ ਵੀ ਇਹ ਜਿਹੜਾ ਖਾਕੀ ਵਰਦੀ ਹੈ, ਇਹ ਸਾਨੂੰ ਕਿਵੇਂ ਸੋਸਾਇਟੀ ਤੋਂ ਅੱਡ ਕਰਦੀ ਹੈ। ਇੱਕ ਸਾਨੂੰ ਕਾਫੀ ਪ੍ਰਾਊਡ ਫੀਲ ਕਰਾਉਂਦਾ, ਇੱਕ ਸਟਰੈਂਥ ਦਿੰਦੀ ਹੈ ਇਹ, ਕਿਉਂਕਿ ਜੇ ਆਪਾਂ ਇੰਡਸਟਰੀ ਦੇ ਵਿੱਚ ਦੇਖੀਏ, ਕੋਈ ਬੰਦਾ ਇਸ ਡਰੈਸ ਨੂੰ ਵੇਅਰ ਕਰਦਾ ਤਾਂ ਉਹਦੇ ਲਈ ਜਸਟ ਇੱਕ ਇਹ ਡਰੈਸਅਪ ਹੈ, ਪਰ ਅਸੀਂ ਜਿਹੜਾ ਇੱਕ ਪੁਲਿਸ ਪਰਸਨ ਹੈ, ਚਾਹੇ ਉਹ ਕਾਂਸਟੇਬਲ ਹੈ, ਚਾਹੇ ਉਹ ਹਾਇਰ ਲੈਵਲ ਦੇ ਕੋਈ ਆਫਿਸਰ ਨੇ ਜੀ ਉਸ ਰੈਂਕ ਦੇ ਨੇ, ਉਹ ਜਦੋਂ ਇੱਕ ਟ੍ਰੇਨਿੰਗ ਪਾਥ ਨੂੰ ਕਲੀਅਰ ਕਰਦੇ ਨੇ ਪ੍ਰੋਪਰਲੀ, ਇੱਕ ਸ਼ਡਿਊਲ ਦੇ ਵਿੱਚੋਂ ਦੀ ਲੰਘਿਆ ਜਾਂਦਾ, ਜਿੱਦਾਂ ਇੱਕ ਕਹਿੰਦੇ ਨੀ ਆਪਾਂ ਵੀ ਲੋਹੇ ਨੂੰ ਪੂਰਾ ਗਰਮ ਕਰਕੇ, ਹਨਾ, ਪਿਘਲਾ ਕੇ ਪੂਰਾ ਐਵੇਂ ਤਿਆਰ ਕੀਤਾ ਜਾਂਦਾ ਜੀ, ਉਸੇ ਤਰ੍ਹਾਂ ਫਿਰ ਆਪਣੇ ਵਿਊ ਵੀ ਬਦਲ ਜਾਂਦੇ ਨੇ। ਬਾਕੀ ਪੁਲਿਸ ਡਿਪਾਰਟਮੈਂਟ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਹੈ, ਤਾਂ ਉਸ ਪ੍ਰੈਸ਼ਰ ਨੂੰ ਜਦੋਂ ਅਸੀਂ ਫੀਲ ਕੀਤਾ, ਮੈਂ ਫੀਲ ਕੀਤਾ, ਇਹ ਰਜਨੀ ਜੀ ਫੀਲ ਕਰ ਰਹੇ ਨੇ, ਤਾਂ ਸਾਡਾ ਜਿਹੜਾ ਕੋਈ ਵਿਊ ਹੋਏਗਾ ਪੁਲਿਸ ਦੇ ਰਿਗਾਰਡਿੰਗਲੀ, ਉਹ ਬਹੁਤ ਚੇਂਜ ਹੋ ਗਿਆ। ਓਕੇ, ਚੇਂਜ ਹੋਇਆ, ਤੇ ਮੈਂ ਰਜਨੀ ਮੈਮ ਦੇ ਕੋਲ ਆਊਂਗਾ ਕਿ ਇੱਕ ਤਾਂ ਹਨਾ ਕਿ ਜਦੋਂ ਤਾਂ ਪੰਜਾਬ ਪੁਲਿਸ ਦੀ ਗੱਲ ਆਉਂਦੀ ਹੈ,
ਭਰਤੀ ਦੀ ਗੱਲ ਆਉਂਦੀ ਹੈ, ਆਪਾਂ ਆਲਮੋਸਟ ਮੁੰਡਿਆਂ ਨੂੰ ਹੀ ਅੱਗੇ ਕਰਦੇ ਹਾਂ ਕਿ ਫਸਟ ਪ੍ਰੈਫਰੈਂਸ ਮੁੰਡਿਆਂ ਨੂੰ ਕਹਿੰਦੇ ਹਾਂ ਯਾਰ, ਜਾਂ ਮੁੰਡਿਆਂ ਦੀ ਖੁਦ ਦੀ ਉਹ ਚੋਇਸ ਹੁੰਦੀ ਹੈ। ਅਤੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਤੁਹਾਡਾ ਪੰਜਾਬ ਪੁਲਿਸ ਵੱਲ ਆਉਣਾ ਔਰ ਇਸ ਰੈਂਕ ਦੇ ਉੱਪਰ ਆਉਣਾ ਸਿੱਧਾ ਹੀ, ਇਹ ਪਹਿਲਾਂ ਸੋਚ ਸੀਗੀ ਜਾਂ ਇਹ ਵੀ ਸਬੱਬ ਬਣਿਆ? ਨਹੀਂ, ਐਕਚੁਲੀ ਸਰ, ਜਿਵੇਂ ਕਿ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ MSc ਸਾਈਕੋਲੋਜੀ ਦੀ ਸਟੂਡੈਂਟ ਰਹੀ ਹਾਂ ਅਤੇ ਹੁਣ ਮੈਂ PhD ਕਰ ਰਹੀ ਹਾਂ ਸਾਈਕੋਲੋਜੀ ਦੇ ਵਿੱਚ, ਅਤੇ ਉੱਥੇ ਮੈਂ ਵਰਕ ਕੀਤਾ ਐਜ਼ ਅਸਿਸਟੈਂਟ ਪ੍ਰੋਫੈਸਰ ਵੀ ਡਿਸਟ੍ਰਿਕਟ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ। ਤਾਂ ਮੇਰਾ ਸ਼ੁਰੂ ਤੋਂ ਇਹੀ ਮੋਟਿਵ ਸੀਗਾ ਕਿ ਮੈਂ ਐਜੂਕੇਸ਼ਨ ਲਾਈਨ ਦੇ ਵਿੱਚ ਜਾਣਾ, ਮੇਰਾ UGC ਨੈੱਟ ਵੀ ਕਲੀਅਰ ਹੈ ਅਤੇ ਮੈਂ ਉੱਥੇ ਫੈਲੋਸ਼ਿਪ ਵੀ ਲੈਂਦੀ ਰਹੀ ਹਾਂ। ਤਾਂ ਮੈਂ ਇਹੀ ਤਿਆਰੀ ਕਰਦੀ ਸੀ ਕਿ ਮੈਂ UGC ਨੈੱਟ ਕਲੀਅਰ ਕਰ ਲਿਆ, ਮੈਂ ਅਸਿਸਟੈਂਟ ਪ੍ਰੋਫੈਸਰ ਦੇ ਵਿੱਚ ਐਜ਼ ਅ ਵਰਕ ਕਰਦੀ ਰਹਾਂ, ਬਟ ਇਹਨਾਂ ਨੇ ਮੈਨੂੰ ਕਿਹਾ ਕਿ ਤੂੰ ਇੱਕੋ ਹੀ ਪੋਜੀਸ਼ਨ 'ਤੇ ਸਟੱਕ ਨਾ ਰਹਿ, ਤੂੰ ਅੱਗੇ ਵੀ ਵੱਧ ਹੋਰ ਐਗਜ਼ਾਮਸ ਦੇ ਜਿੰਨੇ ਜ਼ਿਆਦਾ ਹੋ ਸਕਦੇ ਨੇ। ਤਾਂ ਮੈਂ 2-3 ਐਗਜ਼ਾਮਸ ਦੇ, ਜਿਵੇਂ ਕਿ ਪਟਵਾਰੀ ਦਾ ਐਗਜ਼ਾਮ ਵੀ ਦਿੱਤਾ, CDPO ਦੇ ਐਗਜ਼ਾਮਸ ਹੁੰਦੇ ਨੇ ਉਹ ਵੀ ਐਗਜ਼ਾਮਸ ਦਿੱਤੇ, ਅਤੇ ਪੰਜਾਬ ਪੁਲਿਸ ਦਾ ਵੀ ਦਿੱਤਾ ਸੀ। ਅਤੇ ਸਪੈਸ਼ਲੀ ਇਹ ਮੈਂ ਐਗਜ਼ਾਮ ਇਸ ਲਈ ਦਿੱਤਾ ਸੀ ਕਿਉਂਕਿ ਇਹਦੇ ਵਿੱਚ ਟੈਕਨੀਕਲ ਫੀਲਡ ਦੇ ਸਟੂਡੈਂਟਸ ਦੀ ਮੰਗ ਕੀਤੀ ਗਈ ਸੀ, ਜਿਨ੍ਹਾਂ ਨੇ ਕਿ ਟੈਕਨੀਕਲ ਐਜੂਕੇਸ਼ਨ ਕੀਤੀ ਹੋਈ, ਜਿਵੇਂ ਕਿ ਮੇਰਾ ਬੈਕਗ੍ਰਾਉਂਡ ਸਾਈਕੋਲੋਜੀ ਹੈ, ਅਤੇ ਇਹਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਫਸਟ ਟਾਈਮ ਆਈ ਸੀ ਕਮਿਊਨਿਟੀ ਐਂਡ ਵਿਕਟਮ ਸਪੋਰਟ ਦੀ ਐਕਸਪਰਟਸ। ਕੰਮ ਕੀ ਹੈ ਇਹਦੇ ਵਿੱਚ, ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਜੋ ਕਿ ਫਸਟ ਟਾਈਮ ਪੰਜਾਬ ਪੁਲਿਸ ਦੇ ਵਿੱਚ ਐਵੇਂ ਦੀ ਰਿਕਰੂਟਮੈਂਟ ਹੋਈ ਹੈ ਜਿਹਦੇ ਵਿੱਚ ਕਮਿਊਨਿਟੀ ਐਂਡ ਵਿਕਟਮ ਸਪੋਰਟ ਐਕਸਪਰਟਸ ਦੀ ਮੰਗ ਕੀਤੀ ਗਈ ਹੈ, ਜਿਵੇਂ ਕਿ ਜਿਨ੍ਹਾਂ ਦਾ ਬੈਕਗ੍ਰਾਉਂਡ ਸਾਈਕੋਲੋਜੀ ਹੈ, ਸੋਸ਼ਲ ਵਰਕ ਹੈ, ਤਾਂ ਉਹ ਐਵੇਂ ਦੇ ਵਿਕਟਮਸ ਨੂੰ, ਜਿਹੜੇ ਕਿ ਜਿਵੇਂ ਐਸਿਡ ਅਟੈਕ ਵਿਕਟਮਸ ਹੋ ਗਏ, ਡੋਮੈਸਟਿਕ ਵਾਇਲੈਂਸ ਦੇ ਵਿਕਟਮਸ ਹੋ ਗਏ, ਇਸ ਤੋਂ ਇਲਾਵਾ ਚਾਈਲਡ ਅਬਿਊਸ ਜਿਹਨਾਂ ਦੇ ਵਿਕਟਮਸ ਹੁੰਦੇ ਨੇ, ਯੰਗਸਟਰਸ ਹੋ ਸਕਦੇ ਨੇ ਜਿਨ੍ਹਾਂ ਦੇ ਨਾਲ ਕੋਈ ਨਾ ਕੋਈ ਐਵੇਂ ਦੀ ਦੁਰਘਟਨਾ ਹੁੰਦੀ ਹੈ ਜਿਸ ਨਾਲ ਉਹਨਾਂ ਦਾ ਮਾਨਸਿਕ ਤਣਾਅ ਪੈਦਾ ਹੋ ਜਾਂਦਾ ਹੈ, ਇਸ ਤੋਂ ਇਲਾਵਾ ਬਜ਼ੁਰਗ ਹੋ ਸਕਦੇ ਨੇ ਜਿਹੜੇ ਕਿ ਘਰ ਦੇ ਉਹ ਐਵੇਂ ਦੀ ਡੋਮੈਸਟਿਕ ਵਾਇਲੈਂਸ ਨੂੰ ਸਹਿਣ ਕਰਦੇ ਨੇ, ਤਾਂ ਉਹਨਾਂ ਸਭ ਦਾ ਐਜ਼ ਅ ਸਪੋਰਟ ਸਿਸਟਮ ਵਰਕ ਕਰਨਾ। ਪੁਲਿਸ ਚਾਹੁੰਦੀ ਹੈ ਕਿ ਅਸੀਂ ਕਮਿਊਨਿਟੀ ਦੇ ਨਾਲ ਮਿਲ ਕੇ ਕੰਮ ਕਰੀਏ। ਬਹੁਤ ਅੱਛਾ ਉਪਰਾਲਾ ਹੈ ਵੈਸੇ ਜੇ ਮੰਨਿਆ ਜਾਏ ਤਾਂ, ਕਿਉਂਕਿ ਕਿਤੇ ਨਾ ਕਿਤੇ ਸਾਡੀ ਸਾਈਕੋਲੋਜੀ ਹੁੰਦੀ ਹੈ ਜਿਹੜੀ ਇਹ ਬਹੁਤ ਮਾਇਨੇ ਰੱਖਦੀ ਹੈ। ਜਿਹੜੇ ਲੋਕ ਹੁੰਦੇ ਨੇ ਵਿਕਟਮਸ ਹੁੰਦੇ ਨੇ, ਉਹਨਾਂ ਦੇ ਦਿਲ 'ਚ ਕਾਫੀ ਸਾਰੀ ਚੀਜ਼ਾਂ ਦੇ ਡਰ ਬੈਠੇ ਹੁੰਦੇ ਨੇ, ਤਾਂ ਉੱਥੇ ਇਹ ਚੀਜ਼ ਵੈਰੀ ਕਰਦੀ ਹੈ ਕਿਤੇ ਨਾ ਕਿਤੇ, ਬਹੁਤ ਹੈਲਪ ਹੈ ਉਸ ਚੀਜ਼ ਦੀ। ਜਿਵੇਂ ਕਿ ਹਾਂਜੀ ਸਰ, ਕਿ ਪੰਜਾਬ ਪੁਲਿਸ ਜਿਵੇਂ ਡਿਸਟ੍ਰਿਕਟ ਦੇ ਵਿੱਚ ਨੇ ਮੇਰੇ ਹਸਬੈਂਡ, ਤਾਂ ਉੱਥੇ ਕੀ ਹੈ ਕੰਮ ਦਾ ਬਹੁਤ ਜ਼ਿਆਦਾ ਓਵਰਲੋਡ ਪਹਿਲਾਂ ਹੀ ਹੁੰਦਾ, ਅਤੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਕਿ ਉਹ ਜਿਵੇਂ ਆਪਾਂ ਕਹਿੰਦੇ ਕਿ ਨਰਮੀ ਦੇ ਨਾਲ ਹਰੇਕ ਨੂੰ ਡੀਲ ਕਰ ਸਕੀਏ, ਹਰੇਕ ਦੀ ਪ੍ਰੋਬਲਮਸ ਨੂੰ ਸੁਣ ਸਕੀਏ। ਤਾਂ ਟੈਕਨੀਕਲ ਫੀਲਡ ਦੇ ਵਿੱਚ ਐਵੇਂ ਦਾ ਜੋ ਡੋਮੇਨ ਆਈ ਹੈ, ਉਹ ਕਿ ਜਿਹੜੇ ਵਿਕਟਮਸ ਨੇ ਜਿਹੜੇ ਕਿ ਉੱਥੇ ਜਾਂਦੇ ਨੇ, ਜਿਨ੍ਹਾਂ ਦਾ ਸਮਝੌਤਾ ਵੀ ਹੋ ਸਕਦਾ, ਗੱਲਬਾਤ ਕਰਕੇ ਪ੍ਰੋਬਲਮ ਦਾ ਨਿਪਟਾਰਾ ਕੀਤਾ ਜਾ ਸਕਦਾ, ਤਾਂ ਪੁਲਿਸ ਉੱਥੇ ਐਵੇਂ ਦਾ ਕੰਮ ਕਰਨ ਦੀ ਕੋਸ਼ਿਸ਼ ਕਰੇਗੀ ਕਿ ਕਮਿਊਨਿਟੀ ਨੂੰ ਹੈ, ਪੁਲਿਸ 'ਤੇ ਮਾਣ ਮਹਿਸੂਸ ਹੋਏ, ਉਹਨਾਂ ਦੇ ਕੋਲ ਜਾਣ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਏ, ਆਪਣੀ ਪ੍ਰੋਬਲਮਸ ਨੂੰ ਘਰ ਬੈਠੇ ਵੀ ਸੋਲਵ ਕਰ ਸਕਣ, ਤਾਂ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ। ਬਿਲਕੁਲ, ਔਰ ਜੇ ਇਸ ਤਰੀਕੇ ਦੇ ਕੋਪਸ ਸਾਡੇ ਪੰਜਾਬ ਪੁਲਿਸ, ਸਾਡੇ ਪ੍ਰਸ਼ਾਸਨ ਦੇ ਵਿੱਚ ਹੋਣਗੇ, ਤਾਂ ਬਿਲਕੁਲ ਕੋਈ ਆਮ ਜਨਤਾ ਨੂੰ ਹਿਚਕਚਾਹਟ ਨਹੀਂ ਹੋਏਗੀ ਸਾਡੇ ਪ੍ਰਸ਼ਾਸਨ ਕੋਲ ਜਾਣ 'ਚ, ਔਰ ਆਪ ਦੀਆਂ ਚੀਜ਼ਾਂ ਨੂੰ, ਆਪਦੇ ਜਿਹੜੇ ਉਹਨਾਂ ਦੇ ਹੈਗੇ ਨੇ ਸਵਾਲ, ਉਹਨਾਂ ਨੂੰ ਰੱਖਣ 'ਚ। ਔਰ ਮੈਂ ਹੁਣ ਆ ਰਿਹਾ ਗੁਰਦੀਪ ਬਾਈ 'ਤੇ। ਬਹੁਤ ਸਾਰੇ ਯੰਗਸਟਰ ਹੋਣਗੇ ਗੁਰਦੀਪ ਬਾਈ ਜਿਹੜੇ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਨੇ, ਰਾਈਟ? ਪਰ ਉਹਨਾਂ ਨੂੰ ਇੱਕ ਸਹੀ ਮੌਕਾ ਨਹੀਂ ਮਿਲਦਾ, ਜਾਂ ਸਹੀ ਪਾਥ ਨਹੀਂ ਮਿਲਦਾ, ਗਾਈਡੈਂਸ ਨਹੀਂ ਮਿਲਦੀ, ਜਾਂ ਉਹਨਾਂ ਨੂੰ ਪਤਾ ਨਹੀਂ ਕਿ ਕਿੱਧਰ ਜਾਈਏ, ਕਿਸ ਤਰੀਕੇ ਨਾਲ ਜਾਈਏ। ਪਹਿਲਾਂ ਤੁਸੀਂ ਇਹ ਦੱਸੋ ਕਿ ਤੁਹਾਨੂੰ ਹੁਣ ਤੱਕ ਬਹੁਤ ਟਾਈਮ ਹੋ ਗਿਆ ਇੱਥੇ ਤੱਕ ਪਹੁੰਚਣ 'ਚ, ਵੀ ਕਿਹੜੀ ਕਿਹੜੀ ਚੀਜ਼ ਆ ਜਿਹੜੀ ਮੇਨ ਐਲੀਮੈਂਟ ਆ ਜਿਹੜੀ ਤੁਸੀਂ ਹੁਣ ਸੋਚਦੇ ਹੋ ਯਾਰ, ਇਹ ਚੀਜ਼ ਮੈਂ ਪਹਿਲਾਂ 4 ਸਾਲ ਸੋਚੀ ਹੁੰਦੀ ਤਾਂ ਸ਼ਾਇਦ ਮੈਂ ਇੱਥੇ ਬੈਠਾ ਹੁੰਦਾ, ਜਾਂ ਇਹਨਾਂ ਦੀ ਕੋਈ ਚੀਜ਼ ਹੈ? ਸਰ, ਇੱਦਾਂ ਸਿਰਫ ਤੁਹਾਡੀ ਇੱਕ ਲਗਨ ਹੋਣੀ ਚਾਹੀਦੀ ਹੈ ਜੀ, ਕੰਮ ਨੂੰ ਲੈ ਕੇ ਮਿਹਨਤ ਹੋਣੀ ਚਾਹੀਦੀ ਹੈ, ਜਾਂ ਜਿਹੜਾ ਕੰਮ ਤੁਸੀਂ ਸੋਚਦੇ ਹੋ ਉਹਨੂੰ ਤੁਸੀਂ ਉਹਦੇ ਬਾਰੇ ਸਟੱਡੀ ਕਿੰਨੀ ਕਰਦੇ ਹੋ, ਉਸ ਕੰਮ ਬਾਰੇ, ਉਸ ਕੰਮ ਲਈ ਤੁਸੀਂ ਮਿਹਨਤ ਕਿੰਨੀ ਕਰਦੇ ਹੋ, ਇਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਜੀ ਚੀਜ਼। ਅਤੇ ਜੋ ਵੀ ਕੰਮ ਤੁਸੀਂ ਕਰਨਾ ਚਾਹੁੰਦੇ ਹੋ, ਕੋਈ ਕੰਮ ਇੱਦਾਂ ਦਾ ਨਹੀਂ ਵੀ ਜਿਹੜਾ ਬੰਦਾ ਨਹੀਂ ਕਰ ਸਕਦਾ। ਅਤੇ ਤੁਸੀਂ ਆਪਣੇ ਕੰਮ ਨੂੰ ਲੈ ਕੇ ਉਸ ਲਾਈਨ ਦੇ ਬੰਦਿਆਂ ਨੂੰ ਕਿੰਨਾ ਮਿਲਦੇ ਹੋ, ਉਸ ਕੰਮ ਲਈ ਤੁਸੀਂ ਕਿੰਨਾ ਭੱਜਦੇ ਹੋ, ਕਿੰਨੀ ਤੁਹਾਡੀ ਦੌੜ ਹੁੰਦੀ ਹੈ ਉਸ ਕੰਮ ਲਈ, ਅਤੇ ਤੁਸੀਂ ਮਿਹਨਤ ਕਿੰਨੀ ਕਰਦੇ ਹੋ, ਜਾਂ ਤੁਸੀਂ ਸਟੱਡੀ ਕਰਦੇ ਹੋ, ਜਾਂ ਤੁਸੀਂ ਉਸ ਬੰਦਿਆਂ ਨੂੰ ਮਿਲਦੇ ਹੋ ਜਿਹੜੇ ਉਹ ਕੰਮ ਨੂੰ ਅੱਜ ਦੇ ਟਾਈਮ 'ਚ ਕਰ ਰਹੇ ਨੇ, ਇਹ ਦੌੜ ਹੈ ਜੀ ਅਸਲ 'ਚ। ਓਕੇ, ਅਤੇ ਜੇ ਮੈਂ ਪੁੱਛਾਂ ਕਿ ਜੇ ਤੁਸੀਂ ਜਗਦੀਪ ਸਿੱਧੂ ਬਾਈ ਨਾਲ ਕਿੱਦਾਂ ਮਿਲੇ ਸੀਗੇ, ਜਿਹੜੇ ਮੂਵੀ ਨੂੰ ਜਿਨ੍ਹਾਂ ਨੇ ਡਾਇਰੈਕਟ ਕੀਤਾ ਹੈ, ਕਿਉਂਕਿ ਇੰਨੇ ਵੱਡੇ ਡਾਇਰੈਕਟਰ ਨੂੰ ਅਸਿਸਟ ਕਰਨਾ, ਹੈ ਨਾ, ਐਜ਼ ਅਸਿਸਟੈਂਟ ਡਾਇਰੈਕਟਰ ਜੀ,
ਪਹਿਲੀ ਗੱਲ ਤਾਂ ਇਹ ਵੀ ਬਹੁਤ ਬਹੁਤ ਮੁੰਡਿਆਂ ਦਾ ਬਹੁਤ ਯੰਗਸਟਰ ਜਿਹੜੇ ਹੈਗੇ ਨੇ ਉਹਨਾਂ ਦਾ ਸੁਪਨਾ ਵੀ ਇਹ ਚੀਜ਼ਾਂ ਨੂੰ ਕਰਨਾ ਕਿ ਫੀਲਡ ਦੇ ਵਿੱਚ ਕੰਮ ਕਰਨਾ, ਉਹ ਕਿਸ ਤਰ੍ਹਾਂ ਸਬਬ ਬਣਿਆ, ਕਿਸ ਤਰ੍ਹਾਂ ਮਿਲਿਆ? ਸਰ ਅਸਲ 'ਚ ਇਕੱਲੇ ਪੰਜਾਬ ਦੀ ਗੱਲ ਨਹੀਂ ਜੀ, ਇਹ ਪੂਰੀ ਇੰਡੀਆ ਦੀ ਗੱਲ ਹੈ ਜੀ, ਅਤੇ ਬਹੁਤ ਵੱਡੇ ਨੇ ਸਰ ਮੇਰੇ ਗੁਰੂ ਉਸਤਾਦ ਜਗਦੀਪ ਸਿੰਘ ਸਿੱਧੂ ਜੀ, ਅਤੇ ਮੈਂ ਬਹੁਤ ਰਿਸਪੈਕਟ ਕਰਦਾ ਜੀ ਦਿਲੋਂ ਉਹਨਾਂ ਦੀ, ਅਤੇ ਉਹਨਾਂ ਨਾਲ ਕੰਮ ਕਰਨ ਬਾਰੇ ਪੂਰੀ ਦੁਨੀਆ ਇਹ ਗੱਲ ਸੋਚਦੀ ਹੈ ਵੀ ਇੰਨੇ ਵੱਡੇ ਡਾਇਰੈਕਟਰ ਦੇ ਨਾਲ ਕੰਮ ਕਰਨਾ, ਕਿਉਂਕਿ ਪੰਜਾਬ 'ਚ ਬਹੁਤ ਹਿੱਟ ਫਿਲਮਾਂ ਦਿੱਤੀਆਂ ਨੇ ਜੀ ਉਹਨਾਂ ਨੇ। ਅਤੇ ਅਸਲ 'ਚ ਅਸੀਂ ਪਹਿਲੀ ਫਿਲਮ ਕੀਤੀ ਸੀ ਜੀ ਸੁਫਨਾ, ਅਤੇ ਸੁਫਨਾ ਫਿਲਮ 'ਚ ਮੈਂ ਪ੍ਰੋਡਕਸ਼ਨ ਟੀਮ 'ਚ ਕੰਮ ਕਰਦਾ ਸੀ ਜੀ ਉਦੋਂ, ਅਤੇ ਸਰ ਨੂੰ ਮਿਲਣ ਦਾ ਮੌਕਾ ਮਿਲਿਆ, ਬਹੁਤ ਵਧੀਆ ਰਿਲੇਸ਼ਨ ਰਿਹਾ ਜੀ ਸਰ ਨਾਲ ਉਦੋਂ, ਅਤੇ ਮੈਨੇਜਮੈਂਟ ਕੀਤੀ ਹੈ ਜੀ ਉਸ ਫਿਲਮ ਦੀ ਅਸੀਂ, ਅਤੇ ਸਰ ਨਾਲ ਇੰਟਰੈਕਸ਼ਨ ਹੋਈ, ਸਰ ਨੂੰ ਮਿਲੇ, ਸਰ ਨਾਲ ਗੱਲਾਂ ਬਾਤਾਂ ਹੋਈਆਂ, ਸਰ ਨੂੰ ਪਤਾ ਲੱਗਿਆ ਵੀ ਇੱਦਾਂ ਕਰਕੇ ਗੁਰਦੀਪ ਕੋਈ ਮੁੰਡਾ ਜਿਹੜਾ ਕੰਮ ਕਰਦਾ ਜੀ। ਫਿਰ ਉਸ ਤੋਂ ਬਾਅਦ ਇੱਕ ਫਿਲਮ ਹੋਰ ਕੀਤੀ ਜੀ, ਛੜਾ ਫਿਲਮ ਕੀਤੀ, ਦਿਲਜੀਤ ਬਾਈ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲਿਆ ਜੀ, ਅਤੇ ਉਸ ਤੋਂ ਬਾਅਦ ਫਿਰ ਸਰ ਨਾਲ ਦੋ ਤਿੰਨ ਫਿਲਮਾਂ ਹੋਰ ਕੀਤੀਆਂ ਜੀ ਬੈਕ ਟੂ ਬੈਕ, ਉਹ ਫਿਲਮ ਕੀਤੀ ਜੀ ਸਰ ਨਾਲ। ਅਤੇ ਕਦੀ ਗੁਰਦੀਪ ਇੱਦਾਂ ਹੋਇਆ ਸੈੱਟ ਦੇ ਉੱਪਰ ਜੀ ਕੋਈ ਸ਼ਾਰਟ ਲੱਗਾ ਹੋਇਆ ਹੈ ਨਾ, ਸ਼ਾਰਟ ਚੱਲ ਰਿਹਾ, ਅਤੇ ਬਸ ਇੱਕ ਕਹਿੰਦੇ ਨਾ ਹਾਥੀ ਲੰਘਿਆ ਪੂਛ ਰਹਿ ਗਈ ਜੀ, ਔਰ ਪਿੱਛੇ ਤੋਂ ਹੀ ਕੋਈ ਹੋਰ ਅਚਾਨਕ ਡਿਸਟਰਬੈਂਸ ਲੰਘ ਗਈ, ਸਾਰਾ ਰੀਟੇਕ ਕਰਨਾ ਪਏ, ਤੁਹਾਡੀ ਵਜ੍ਹਾ ਨਾਲ ਕਦੀ ਇਦਾਂ ਹੋਇਆ ਕਦੀ ਡਾਂਟ ਪਈ ਹੋਈ ਔਨ ਸੈਟ? ਵੈਸੇ ਤਾਂ ਆਈਡੀਜ਼ ਨੂੰ ਪੈਂਦੀ ਹੀ ਹੈ। ਹਾਂਜੀ 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 ਸਰ, ਇੱਕ ਵਾਰੀ ਹੋਇਆ ਸੀ ਮੂਹ ਫਿਲਮ ਦਾ ਸ਼ੂਟ ਚੱਲ ਰਿਹਾ ਸੀ, ਵਿਆਹ ਵਾਲਾ ਸੀਨ ਸੀ, ਤੇ ਵਿਆਹ ਦਾ ਸੀਨ ਸ਼ੂਟ ਕਰਦੇ ਕਰਦੇ ਅਸਲ 'ਚ ਪਿੱਛੇ ਜੂਨੀਅਰਸ ਦੀ ਲਾਈਨ ਖੜੀ ਸੀ ਪੂਰੀ ਪ੍ਰੋਪਰ, ਤੇ ਇੱਕ ਵੀ ਜੂਨੀਅਰ ਜੇ ਲੈਫਟ ਟੂ ਰਾਈਟ ਦੇਖ ਲਿਆ ਉਹਨੇ, ਜਾਂ ਉਹ ਮੂਵਮੈਂਟ ਫਰੰਟ ਹੋ ਗਿਆ ਜਾਂ ਬੈਕ ਹੋ ਗਿਆ ਜਾਂ ਹਿੱਲ ਗਿਆ ਉਹ ਚੱਲਦੇ ਸੀਨ 'ਚ, ਤਾਂ ਪੂਰਾ ਸੀਨ ਸਾਨੂੰ ਦੁਬਾਰਾ ਸ਼ੂਟ ਕਰਨਾ ਪੈਂਦਾ ਸੀ। ਤਾਂ ਮੈਨੂੰ ਐਂ ਸੀ ਵੀ ਮੈਂ ਉਹਨਾਂ ਦੇ ਕੋਲ ਜਾ ਕੇ ਬੈਠ ਜਾਂ, ਪਰ ਮੈਂ ਦਿਖਾ ਨਾ ਕੈਮਰੇ ਦੇ ਅੱਗੇ, ਤੇ ਮੈਂ ਬੈਠ ਗਿਆ ਜੀ, ਤੇ ਅਸਲ 'ਚ ਕੀ ਹੋਇਆ ਚੱਲਦੇ ਸ਼ਾਰਟ 'ਚ ਮੈਨੂੰ ਨਹੀਂ ਪਤਾ ਲੱਗਿਆ ਵੀ ਸ਼ਾਰਟ ਚੱਲ ਰਿਹਾ ਸੀ, ਤੇ ਮੈਂ ਉੱਠ ਕੇ ਦੂਜੇ ਨੂੰ ਸਮਝਾਉਣ ਲੱਗ ਗਿਆ ਚੱਲਦੇ ਸੀਨ 'ਚ, ਤੇ ਸਰ ਮੈਨੂੰ ਕਹਿੰਦੇ ਤੂੰ ਕਿੱਥੇ ਬੈਠਾ ਲੁੱਕ ਕੇ? ਮੈਂ ਕਿਹਾ ਸਰ ਅਸਲ 'ਚ ਮੈਂ ਆ, ਮੈਨੂੰ ਸੋਰੀ, ਮੈਨੂੰ ਪਤਾ ਨਹੀਂ ਲੱਗਿਆ ਵੀ ਕੈਮਰਾ ਤੁਹਾਡਾ ਰੋਲ ਹੋ ਗਿਆ ਜੀ, ਤੇ ਮੈਂ ਉਹਨਾਂ ਨੂੰ ਸਮਝਾਉਂਦਾ ਸ਼ਾਰਟ ਉਹਨਾਂ ਦਾ ਮੇਰੀ ਵਜ੍ਹਾ ਨਾਲ ਖਰਾਬ ਹੋ ਗਿਆ ਜੀ। ਚਲੋ ਚੱਲਦਾ ਹੀ ਰਹਿੰਦਾ, ਇਹੀ ਚੀਜ਼ਾਂ ਤੁਹਾਨੂੰ ਕਿਤੇ ਨਾ ਕਿਤੇ ਸਿਖਾਉਂਦੀਆਂ ਨੇ, ਚੀਜ਼ਾਂ ਹੋਰ ਪਰਫੈਕਟ ਕਰਦੀਆਂ ਨੇ, ਨੈਕਸਟ ਟਾਈਮ ਤੁਸੀਂ ਉਹ ਗਲਤੀ ਨਹੀਂ ਕਰਦੇ। ਤੇ ਜੇ ਮੈਂ ਇੱਕ ਗੱਲ ਪੁੱਛਾਂ ਕਿ ਹਰ ਬੰਦਾ ਰੂਲ ਰੈਗੂਲੇਸ਼ਨ ਦੇ ਅਕੋਰਡਿੰਗ ਚੱਲਦਾ, ਰਾਈਟ? ਆਪਣੀ ਡਿਊਟੀ ਵੀ ਰੂਲ ਰੈਗੂਲੇਸ਼ਨ ਦੇ ਅਕੋਰਡਿੰਗ ਹੈ, ਹਰ ਇੱਕ ਨੂੰ ਰੂਲ ਸਮਝਾਉਣਾ, ਰੂਲ ਦੇ ਅਕੋਰਡਿੰਗ ਚਲਾਉਣਾ, ਪਰ ਜੇ ਘਰ ਦੇ ਵਿੱਚ ਇੱਕ ਰੂਲ ਇੱਦਾਂ ਦਾ ਬਣਾਉਣਾ ਹੋਏ, ਹਰ ਇੱਕ ਨੂੰ ਮੰਨਣਾ ਪਏ, ਉਹ ਕਿਹੜਾ ਰੂਲ ਬਣਾਉਣਾ ਚਾਹੋਗੇ? ਮੈਂ ਖੁਦ ਲਈ ਵੀ ਵੈਸੇ ਬਣਾਉਣਾ ਚਾਹੁੰਦੀ ਹਾਂ ਕਿ ਫੋਨ ਘੱਟ ਤੋਂ ਘੱਟ ਯੂਜ਼ ਕਰਾਂ ਫੈਮਲੀ ਜਦੋਂ ਟਾਈਮ ਹੋਏ, ਕਿਉਂਕਿ ਆਪਾਂ ਇਹ ਹੁੰਦਾ ਨਾ ਜਦੋਂ ਗੱਲਬਾਤ ਕਰ ਰਹੇ ਹਾਂ ਘਰੇ ਹੋ ਗਿਆ ਜਾਂ ਫਿਰ ਸਵੇਰੇ ਉੱਠਦੇ ਸਾਰ ਪਹਿਲਾਂ ਫੋਨ ਚਲਾਉਂਦੇ ਹਾਂ, ਘਰਦਿਆਂ ਨੂੰ ਗੁੱਡ ਮਾਰਨਿੰਗ ਬਾਅਦ ਚੋਂ ਵਿਸ਼ ਕਰਦੇ ਆ, ਤਾਂ ਮੈਂ ਇਹ ਚਾਹੁੰਦੀ ਹਾਂ ਕਿ ਇੱਕ ਰੂਲ ਬਣਾਵਾਂ ਕਿ ਫੋਨ ਘੱਟ ਤੋਂ ਘੱਟ ਯੂਜ਼ ਕੀਤਾ ਜਾਏ। ਮੈਂ ਖੁਦ ਵੀ ਯੂਜ਼ ਕਰਦੀ ਹਾਂ ਪਰ ਮੈਂ ਚਾਹੁੰਦੀ ਹਾਂ ਕਿ ਮੈਂ ਘੱਟ ਕਰਾਂ। ਸੋ ਅਦਾਲਤ ਇਸ ਨਤੀਜੇ ਤੇ ਪਹੁੰਚੀ ਹੈ ਕਿ ਵਰਿੰਦਰ ਜੀ ਫੋਨ ਘੱਟ ਤੋਂ ਘੱਟ ਯੂਜ਼ ਕਰਦੇ ਆ, ਉਹੀ ਕਹ ਰਹੇ ਰੂਲ ਬਣਾਉਣਾ ਚਾਹੁੰਦੇ ਆ ਪਰ ਇਹਦਾ ਹੈ ਕੋਈ ਨਤੀਜਾ ਨਹੀਂ ਨਿਕਲਿਆ। ਇਹ ਗੱਲ ਤੇ ਅਸੀਂ ਦੋਨੇ ਮੁਲਜ਼ਮ ਆ ਜੀ। ਚੀਜ਼ਾਂ ਕਿਤੇ ਨਾ ਕਿਤੇ ਬਹੁਤ ਹੀ ਜ਼ਿਆਦਾ ਹੈਲਪ ਕਰਦੀਆਂ ਨੇ ਸਾਡੇ ਰਿਲੇਸ਼ਨ ਦੇ ਵਿੱਚ, ਤੇ ਡਿਊਟੀ ਮੈਨੇਜ ਕਿੱਦਾਂ ਹੋ ਪਾਉਂਦੀ ਹੈ? ਐਕਚੁਅਲੀ ਸਰ ਜਿਵੇਂ ਪਤਾ ਹੀ ਵੀ ਪੰਜਾਬ ਪੁਲਿਸ ਦਾ ਇਹ ਵੀ ਡਿਊਟੀ ਤੇ ਜਾਣ ਦਾ ਟਾਈਮ ਤਾਂ ਹੈਗਾ ਪਰ ਆਉਣ ਦਾ ਟਾਈਮ ਕੋਈ ਨਹੀਂ ਹੈਗੀ, ਤਾਂ ਡਿਊਟੀ ਦੀ ਐਡਜਸਟਮੈਂਟ ਇਹੀ ਆਈ। ਵੈਸੇ ਡਿਊਟੀ ਯਾਰ ਜਿਵੇਂ ਵੀ ਚੱਲਦੇ, ਜਦੋਂ ਤੱਕ ਡਿਊਟੀ ਹੈਗੀ ਆ ਅਸੀਂ ਉੱਥੇ ਤੈਨਾਤ ਹਾਂ, ਜਿਵੇਂ ਹੁੰਦਾ ਉਸੇ ਉਸ ਡਿਊਟੀ ਨੂੰ ਉੱਥੇ ਛੱਡ ਕੇ ਜਿਹੜਾ ਡਿਊਟੀ ਦਾ ਬਰਡਨ ਹੈ ਉਹਨੂੰ ਅਸੀਂ ਬਾਹਰ ਹੀ ਛੱਡ ਆਉਂਦੇ ਹਾਂ, ਉਹਨੂੰ ਅਸੀਂ ਪਰਿਵਾਰ ਦੇ ਵਿੱਚ ਨਹੀਂ ਐਡ ਕਰਦੇ ਕਿਉਂਕਿ ਇਹਦੇ ਨਾਲ ਪਰਿਵਾਰਕ ਜੀਵਨ 'ਤੇ ਵੀ ਬਹੁਤ ਇੰਪੈਕਟ ਪੈਂਦਾ ਆ। ਤਾਂ ਅਸੀਂ ਦੋਨਾਂ ਨੇ ਇਹੀ ਰੂਲ ਬਣਾਇਆ ਕਿ ਜੋ ਡਿਪਾਰਟਮੈਂਟ ਦਾ ਡਿਊਟੀ ਦਾ ਹੈਗਾ, ਭਾਵੇਂ ਸਟਰੈਸ ਲਾ ਲਓ ਚਾਹੇ ਜੋ ਵੀ ਜ਼ਿੰਮੇਵਾਰੀਆਂ ਹੋਣ, ਅਸੀਂ ਉਹਨਾਂ ਨੂੰ ਬਾਹਰ ਹੀ ਨਿਬੇੜ ਕੇ ਆਵਾਂਗੇ। ਕਿ ਡਿਊਟੀ ਨੂੰ ਡਿਊਟੀ ਦੀ ਜਗ੍ਹਾ ਰੱਖਦੇ ਹੋ ਔਰ ਬਾਕੀ ਅਦਰ ਥਿੰਗਸ ਆ ਉਹ ਆਪਣੀ ਜਗ੍ਹਾ 'ਤੇ ਰੱਖਦੇ ਹੋ। ਔਰ ਗੁਰਦੀਪ ਬਾਈ ਜੀ, ਓਵਰਆਲ ਐਕਸਪੀਰੀਅੰਸ? ਸਰ ਓਵਰਆਲ ਬਹੁਤ ਨਜ਼ਾਰਾ ਆ ਰਿਹਾ ਜ਼ਿੰਦਗੀ ਦਾ, ਨਜ਼ਾਰਾ ਆ ਰਿਹਾ। ਤੇ ਹੁਣ ਕਦੀ ਫੋਨ ਕਰਕੇ ਇਹਨਾਂ ਤੋਂ ਸਪੋਰਟ ਲਈ ਹੈ?
ਸਰ ਅੱਜ ਤੱਕ ਤਾਂ ਕਦੇ ਮਹਾਰਾਜ ਨੇ ਕਦੇ ਹੋਇਆ ਨੀ ਹੈ ਵੀ ਵਰਿੰਦਰ ਵੀਰੇ ਆ ਨਾਕੀ ਤੇ ਖੜਾ ਮਾੜਾ ਜਿਹਾ। ਵਰਿੰਦਰ ਵੀਰੇ ਦੀ ਤਾਂ ਸ਼ਾਇਦ ਘੱਟ ਸੁਣੀ ਜਾਏ ਜਿੱਥੇ ਰਜਨੀਤੀ ਦੀ। ਮੈਂ ਜੇ ਮੈਨੂੰ ਕਾਲ ਕਰਨਗੇ ਤਾਂ ਮੈਂ ਹੀ ਕਹੂੰਗੀ ਤੁਸੀਂ ਕਿਹੜਾ ਰੂਲ ਤੋੜਿਆ, ਪਹਿਲਾਂ ਇਹ ਦੱਸੋ ਕਿਉਂ ਤੋੜਿਆ ਰੂਲ। ਜੀ ਵੈਸੇ ਇਦਾਂ ਹੋਣਾ ਚਾਹੀਦਾ, ਬਿਲਕੁਲ ਇਦਾਂ ਹੋਣਾ ਨਹੀਂ ਚਾਹੀਦਾ। ਜੇ ਤੁਹਾਡੀ ਕਿਸੇ ਨਾਲ ਹਨਾ ਨਜ਼ਦੀਕੀ ਹੈ ਤਾਂ ਤੁਸੀਂ ਕਲੋਜ਼ ਹੋ, ਤੁਹਾਡੇ ਫਰੈਂਡ ਆ ਚਾਹੇ ਫੈਮਿਲੀ ਸਰਕਲ ਚ, ਜੇ ਤੁਸੀਂ ਰੂਲ ਬ੍ਰੇਕ ਕਰਦੇ ਹੋ ਤਾਂ ਤੁਸੀਂ ਸਜ਼ਾ ਦੇ ਹੱਕਦਾਰ ਹੋ। ਸਪੈਸ਼ਲੀ ਮੇਰੇ ਫਾਦਰ ਹੀ ਕਹਿੰਦੇ ਕਿ ਤੂੰ ਭਰਤੀ ਹੋ ਗਈ ਤਾਂ ਮੈਨੂੰ ਤੇਰਾ ਕੋਈ ਫਾਇਦਾ ਨਹੀਂ, ਤੂੰ ਮੇਰੀ ਕਦੇ ਹੈਲਪ ਨਹੀਂ ਕਰਦੀ। ਤੇ ਜੇ ਤੁਸੀਂ ਆਪਸ ਚ ਕੋਈ ਰੂਲ ਤੋੜ ਦੋ ਬਾਕੀ ਫਿਰ ਤਾਂ ਜੀ ਸਜ਼ਾ ਦਾ ਹੱਕਦਾਰ ਤਾਂ ਮੈਂ ਹੀ ਹੋਊਂਗਾ ਕਿਉਂਕਿ ਇਹ ਸੀਨੀਅਰ ਨੇ। ਠੀਕ ਹੈ, ਤਾਂ ਜੋ ਇਹਨਾਂ ਦਾ ਫੈਸਲਾ ਉਹ ਸਿਰ ਮੱਥੇ ਆ, ਚਾਹੇ ਡਿਪਾਰਟਮੈਂਟ ਦੇ ਅੰਦਰ ਹੋਈਏ ਚਾਹੇ ਡਿਪਾਰਟਮੈਂਟ ਤੋਂ ਬਾਹਰ ਹੋਈਏ। ਟੋਟਲੀ ਐਪਰੀਸ਼ੀਏਟਡ ਕਿ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਜੇ ਅਸੀਂ ਕਹਾਨੇ ਆ, ਜੇ ਕਿਤੇ ਨਾ ਕਿਤੇ ਪਬਲਿਕ ਸਰਵੈਂਟ ਵੀ ਕਹਾਨੇ ਆ ਤਾਂ ਪਬਲਿਕ ਲਈ, ਜਨਤਾ ਲਈ ਜੇ ਅਸੀਂ ਸੇਵਾ ਕਰ ਪਾਈਏ ਆਪਦੀ ਡਿਊਟੀ ਦੇ ਰਹਿੰਦੇ ਤਾਂ ਇਹ ਵੀ ਆਪਣੇ ਆਪ 'ਚ ਬਹੁਤ ਵੱਡੀ ਪ੍ਰਾਪਤੀ ਹੈ। ਔਰ ਤੁਸੀਂ ਸਾਰੇ ਸ਼ਲਾਘਾ ਦੇ ਪਾਤਰ ਵੀ ਹੋ। ਆਪਣੀ ਲਾਈਫ ਨੂੰ ਮੈਨੇਜ ਕਰਨਾ, ਆਪਦੇ ਫੀਲਡ ਨੂੰ ਮੈਨੇਜ ਕਰਨਾ ਔਰ ਆਪਦੀ ਡਿਊਟੀਜ਼ ਨੂੰ ਡਿਊਟੀ ਸਮਝਣਾ, ਇਹਦੇ ਲਈ ਤੁਹਾਡਾ ਜਿੰਨੀ ਜ਼ਿਆਦਾ ਆਪਾਂ ਪ੍ਰਸ਼ੰਸਾ ਕਰੀਏ ਉਨੀ ਥੋੜ੍ਹੀ ਹੈ ਬਾਈ ਸਾਹਿਬ। ਅਤੇ ਆਲ ਦਾ ਵੈਰੀ ਬੈਸਟ ਵਰਿੰਦਰ ਵੀਰੇ ਐਂਡ ਰਜਨੀ ਮੈਮ, ਤੁਹਾਨੂੰ ਲਾਈਫ 'ਚ ਜੋ ਗੋਲ ਨੇ ਜੋ ਅਚੀਵ ਕਰਨਾ ਚਾਹੁੰਦੇ ਹੋ, ਹਾਲੇ ਗੱਲਾਂ ਬਹੁਤ ਨੇ ਪਰ ਸਮਾਂ ਇਹ ਨਹੀਂ ਰੁਕਦਾ, ਸੋ ਇਹ ਕਿਸੇ ਦੇ ਫੜਿਆ ਵੀ ਨਹੀਂ ਰੁਕ ਸਕਦਾ। ਸਮੇਂ ਦੇ ਅਕੋਰਡਿੰਗ ਚੱਲਦੇ ਰਹੀਏ, ਸਮੇਂ ਦੀ ਕਦਰ ਕਰਦੇ ਰਹੀਏ। ਅਤੇ ਗੁਰਦੀਪ ਬਾਈ, ਤੁਸੀਂ ਜਾਣ ਤੋਂ ਪਹਿਲਾਂ ਕੋਈ ਗੱਲ ਕਹਿਣਾ ਚਾਹੋ ਜੀ? ਜੱਟ ਐਂਡ ਜੂਲੀਅਟ ਹੁਣ ਤੱਕ ਜਿਨ੍ਹਾਂ ਨੇ ਨਹੀਂ ਦੇਖੀ ਸਾਡੀ ਫਿਲਮ, ਜ਼ਰੂਰ ਦੇਖ ਕੇ ਆਓ। ਤੁਸੀਂ ਮੈਨੂੰ ਇੱਦਾਂ ਪਿਆਰ ਕਰਦੇ ਰਹੋ, ਧੰਨਵਾਦ ਜੀ। ਥੈਂਕ ਯੂ ਸੋ ਮੱਚ, ਤੁਹਾਡੇ ਵਰਗੇ ਵੀਰਾਂ ਦੇ ਜ਼ਰੀਏ, ਤੁਹਾਡੇ ਵਰਗੇ ਵੀਰਾਂ ਦੇ ਸਪੋਰਟ ਦੇ ਨਾਲ ਸਾਨੂੰ ਇੱਦਾਂ ਦੇ ਕਲਾਕਾਰ ਔਰ ਇੱਦਾਂ ਦੇ ਸ਼ਖਸੀਅਤਾਂ ਨਾਲ ਮਿਲਣ ਦਾ ਵੀ ਮੌਕਾ ਮਿਲਦਾ ਔਰ ਬਹੁਤ ਸਾਰੀ ਜਨਤਾ ਤੱਕ ਇੱਦਾਂ ਦੀਆਂ ਚੀਜ਼ਾਂ ਪਹੁੰਚਦੀਆਂ ਨੇ। ਤੁਹਾਡਾ ਵੀ ਧੰਨਵਾਦ, ਸ਼ੁਕਰੀਆ ਤੁਹਾਡਾ ਵੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਡੇ ਪ੍ਰੋਗਰਾਮ 'ਚ ਆਏ, ਸਾਡੇ ਨਾਲ ਗੱਲਾਂ ਬਾਤਾਂ ਸ਼ੇਅਰ ਕੀਤੀਆਂ, ਮੂਵੀਜ਼ ਦੀਆਂ ਸ਼ੇਅਰ ਕੀਤੀਆਂ ਅਤੇ ਆਪਦੀ ਰੀਅਲ ਲਾਈਫ ਦੀਆਂ ਗੱਲਾਂ ਸ਼ੇਅਰ ਕੀਤੀਆਂ। ਗੱਲਾਂ ਮੇਰੇ ਖਿਆਲ ਵਾਲੇ ਬਹੁਤ ਰਹਿ ਗਈਆਂ ਨੇ, ਕੀ ਕਰੀਏ, ਨੈਕਸਟ ਐਪੀਸੋਡ 'ਚ ਕਵਰ ਕਰ ਲਾਂਗੇ, ਡੋਂਟ ਵਰੀ। ਫਿਲਹਾਲ ਅੱਜ ਲਈ ਇੰਨਾ ਹੀ, ਨੈਕਸਟ ਐਪੀਸੋਡ 'ਚ ਕਿਸੇ ਹੋਰ ਫਨਕਾਰ ਕਲਾਕਾਰ ਨਾਲ ਮੁਲਾਕਾਤ ਹੋਏਗੀ। ਟਿਲ ਦੈਨ ਖੁਸ਼ ਰਹੋ, ਜਿਹੜੀਆਂ ਵੀ ਗੱਲਾਂ ਕੀਤੀਆਂ ਨੇ ਜੇ ਤੁਹਾਡੀ ਲਾਈਫ 'ਚ ਕੰਮ ਆ ਸਕਦੀਆਂ ਨੇ ਤਾਂ ਜ਼ਰੂਰ ਇਹਨਾਂ ਚੀਜ਼ਾਂ ਨੂੰ ਫੋਲੋ ਕਰੋ। ਐਂਡ ਥੈਂਕਸ ਫੋਰ ਵਾਚਿੰਗ ਚੜ੍ਹਦੀ ਕਲਾ ਟਾਈਮ ਟੀਵੀ ਪ੍ਰੋਗਰਾਮ ਜੀ ਆਇਆਂ ਨੂੰ। ਅੱਜ ਲਈ ਇੰਨਾ ਹੀ, ਫਿਲਹਾਲ ਮੈਨੂੰ ਰਿਦਮ ਨੂੰ, ਵਰਿੰਦਰ ਜੀ ਨੂੰ, ਰਜਨੀ ਜੀ ਨੂੰ ਤੇ ਗੁਰਦੀਪ ਜੀ ਨੂੰ ਦਿਓ ਇਜਾਜ਼ਤ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਗੁਰਬਾਣੀ ਨਿਊਜ਼, ਮਿਊਜ਼ਿਕ, ਐਂਟਰਟੇਨਮੈਂਟ ਸ਼ੋ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।